ਸਣਾ ਬਾਜਰੀ ਮੱਕੀ ਹਰ ਇੱਕ ਚੀਜ਼ ਦਾ ਆਟਾ ਬਣਾ ਦਿੰਦੇ ਆ ਮਸਾਲਿਆਂ ਤੋਂ ਲੈ ਕੇ ਇਹ ਸਾਰੀਆਂ ਜਾਲੀਆਂ ਦੇ ਵਿੱਚੋਂ ਯੂਜ਼ ਇਹ ਤਾਂ ਆਪਾਂ ਬਈ ਜਿਵੇਂ ਕਹੀਏ ਕੋਈ ਜਿਵੇਂ ਆਪਣੇ ਸਤਾਬਰ ਸਫੈਦ ਮੂਸਲੀ ਵਗੈਰਾ ਹੋ ਗਈਆਂ ਸਾਬ ਕੇ ਬੈਦ ਬਹੁਤ ਲੈ ਕੇ ਜਾਂਦੇ ਆ ਬੈਦ ਹਨ ਹਾਂ ਜਿਵੇਂ ਭਰਾਵੋ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਸਫੈਦ ਮੂਸਲੀ ਜਾਂ ਕੋਈ ਅਸ਼ਵਗੰਧਾ ਵਗੈਰਾ ਰਗੜਨ ਦਾ ਤਾਂ ਉਹ ਚੀਜ਼ਾਂ ਵਾਸਤੇ ਵੀ ਆਪਾਂ ਇਹਦੋਂ ਕੰਮ ਲੈ ਸਕਦੇ ਹਾਂ ਮਿਕਸੀ ਜਲਦੀ ਖਰਾਬ ਹੋ ਜਾਂਦੀ ਹੈ ਇਹ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਇਹ ਆਪਣਾ 1 ਐਚਪੀ ਦਾ ਮਾਡਲ ਆ ਗਿਆ ਬਿਲਕੁਲ ਬਾਈ ਸਪੀਡ ਬਹੁਤ ਆ ਜਿਵੇਂ ਬਾਈ ਨੇ ਕਿਹਾ ਸੀ ਘੰਟੇ ਦੇ ਵਿੱਚ 2.5 ਕੁਇੰਟਲ ਤੱਕ ਵਿੱਚ ਆ ਵੀ ਦੇਖ ਲਓ ਕਿੰਨਾ ਕਰੂਗੀ ਆਹ ਦੇਖ ਲਓ ਬਾਈ ਕਿਵੇਂ ਆਉਂਦੀ ਹੈ ਦੇਖ ਲਓ ਮੈਂ ਕਹਿੰਦਾ ਵੀ ਜਿਹੜੀ ਹੁਣ ਆਪਾਂ ਕਣਕ ਪਾਈ ਸੀ 3-4 ਕਿਲੋ ਦੇ ਕਰੀਬ ਹੋਣੀ ਹੈ ਹਾਂ ਹਾਂ ਮਰ ਗਈ ਹੈ ਤਾਂ ਹਾਂ ਮੇਰੇ ਤੁਸੀਂ ਵੀਡੀਓ 'ਚ ਦੇਖ ਲਓ ਵੀ ਕਿੰਨੇ ਸਕਿੰਟ ਲੱਗੇ ਹੋਣਗੇ ਵੀ 3-4 ਕਿਲੋ ਕਣਕ ਨੂੰ ਕਿੰਨੇ ਕੁ ਸਮੇਂ ਦੇ ਵਿੱਚ ਇਹਨੇ ਉਹ ਕਰਤਾ ਬੈਕ ਸਾਈਡ ਦਿਖਾਵਾਂਗੇ ਆਪਾਂ ਹਾਂਜੀ ਜਿਵੇਂ ਕਿ ਉਹਦੇ ਸੀਗਾ ਬੈਕ ਸਾਈਡ ਇਹਦੇ ਬੈਕ ਸਾਈਡ ਆ ਠੀਕ ਹੈ ਜੀ ਹਾਂ ਇਹਦੇ ਖਿੜਕੀ ਲਾਤੀ ਆਪਾਂ ਸਾਰਾ ਬੋਰਡ ਦਾ ਬਣਿਆ ਹੋਇਆ ਵੀ ਚੂਹੇ ਵਾਲਾ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ ਹਨਾ ਹਾਂ 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 ਠੀਕ ਆ ਬਾਈ ਜਿਹੜੀਆਂ ਇਹ ਆਟਾ ਚੱਕੀ ਵਾਲੀਆਂ ਮਸ਼ੀਨਾਂ ਨੇ ਉਹ ਆਪ ਬਣਾਉਂਦੇ ਨੇਗੇ ਤੇ ਮੇਰੀ ਜਦੋਂ ਬਾਈ ਜੀ ਨਾਲ ਗੱਲ ਹੋਈ ਮੈਂ ਵੀ ਬਾਈ ਇਹ ਗੱਲ ਦੀ ਕੀ ਗਰੰਟੀ ਹੈਗੀ ਤੇ ਬਾਈ ਮੈਨੂੰ ਕਹਿੰਦਾ ਯਾਰ ਬਾਈ ਤੂੰ ਐਂ ਕਰ ਮੇਰੇ ਨਾਲ ਲੱਖ ਲੱਖ ਰੁਪਏ ਦੀ ਸ਼ਰਤ ਲਾਲਾ ਕਹਿੰਦਾ ਜਿਹੜਾ ਬੰਦਾ ਤੇਰੇ ਨਾਲ ਅੜਦਾ ਵੀ ਇਹ ਮਸ਼ੀਨਾਂ ਆਪਣੀ ਤਿਆਰ ਕਰਦੇ ਕਹਿੰਦਾ ਲੱਖ ਲੱਖ ਰੁਪਏ ਦੀ ਸ਼ਰਤ ਲਾਲਾ ਨੀਚੇ ਜਮਾ ਇਹਨੂੰ ਚੂਹੇ ਵੀ ਕੱਟ ਸਕਦੇ ਆ ਜਾਂ ਪਲਾਸਟਿਕ ਲੱਗੀ ਹੋਈ ਆ ਹਾਂ ਹਾਂ ਆ ਦੇਖੋ ਤੂੜੀ ਵਾਲਾ ਬੋਰਡ ਲੱਗਿਆ ਹੋਇਆ ਅੱਛਾ ਆ ਠੀਕ ਹੈ ਠੀਕ ਹੈ ਠੀਕ ਹੈ ਹਾਂ ਬਾਈ ਹਾਂ 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 ਠੀਕ ਆ ਬਾਈ ਠੀਕ ਹੈ ਹਲਕਾ ਮਾਲ ਆ ਗਿਆ ਬਿਲਕੁਲ ਇਹ ਬਿਮਾਰੀਆਂ ਤੋਂ ਬਚਾ ਜਾਂਦਾਗਾ ਹੁਣ ਆਪਾਂ ਚੱਕੀ ਤੇ ਭਿਉਣ ਜਾਂਦੇ ਆ ਆਪਾਂ 30-35 ਕਿਲੋ ਤੋਂ ਘੱਟ ਘੱਟਾ ਭਿਆ ਕੇ ਨਹੀਂ ਬਿਲਕੁਲ ਬਾਈ ਤੇ ਆਪਾਂ ਮਹੀਨਾ ਮਹੀਨਾ ਖਾਈ ਜਾਂਦੇ ਇੱਕ ਤਰ੍ਹਾਂ ਦਾ ਜ਼ਹਿਰ ਖਾ ਰਹੇ ਆ ਜ਼ਹਿਰ ਹੀ ਖਾ ਰਹੇ ਆ ਸਹੀ ਗੱਲ ਇਹ ਆਪਾਂ ਤਾਜ਼ਾ ਬਾਜਰੀ ਦਾ ਮੱਕੀ ਦਾ ਜਾਂ ਕੋਈ ਵੀ ਮਲਟੀਗ੍ਰੇ ਆਟਾ ਬਿਲਕੁਲ ਹਾਂ ਭੈਣ ਭਰਾਵਾਂ ਨੂੰ ਅਲਰਜੀ ਦੀ ਸ਼ਿਕਾਇਤ ਹੋ ਜਾਂਦੀ ਆ ਉਹਦੇ ਵਾਸਤੇ ਬਹੁਤ ਬੈਨੀਫਿਟ ਹੈ ਇਹਦਾ ਜਿਵੇਂ ਅੱਜ ਕੱਲ੍ਹ ਕਹਿ ਜਾਂਦੇ ਆ ਵੀ ਮਲਟੀਗ੍ਰੇਨ ਆਟਾ ਖਾਓ ਹਨਾ ਜਾਂ ਕਹਿ ਜਾਂਦੇ ਵੀ ਬੇਸਣ ਦੀਆਂ ਰੋਟੀਆਂ ਉਹ ਕਰਕੇ ਉਹ ਕਰੋ ਅੱਜ ਕੱਲ੍ਹ ਬਿਮਾਰੀਆਂ ਵਧੀਆਂ ਪਈਆਂ ਡਾਕਟਰ ਦੱਸ ਦਿੰਦੇ ਆ ਵੀ ਤੂੰ ਆਪਣਾ ਡਾਕਟਰ ਦੱਸ ਦਿੰਦੇ ਆ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਦੋਸਤੋ ਤੁਹਾਨੂੰ ਪਤਾ ਹੀ ਆ ਭਰਾਵੋ ਵੀ ਆਪਾਂ ਆਪਣੇ ਖੇਤ ਬਣਾ ਰਹੇ ਹਾਂਗੇ ਫਾਰਮ ਹਾਊਸ ਤੇ ਫਾਰਮ ਹਾਊਸ ਦੇ ਉੱਪਰ ਤੁਹਾਨੂੰ ਪਤਾ ਵੀ ਆਪਾਂ ਸਾਰੇ ਸੰਦ ਸੱਪੇ ਇਕੱਠੇ ਕਰੀ ਜਾਂਦੇ ਹਾਂਗੇ ਜਿਵੇਂ ਮੰਨ ਲਓ ਵੀ ਉੱਥੇ ਇੱਕ ਘਰ ਵਾਂਗੂ ਹੀ ਸਿਸਟਮ ਰੱਖਣਾ ਤੇ ਉੱਥੇ ਲਈ ਆਪਾਂ ਜਿਵੇਂ ਪਹਿਲਾਂ ਗਏ ਸੀ ਇੱਕ ਟੋਕਾ ਮਸ਼ੀਨ ਲਿਆਂਦੀ ਸੀ ਤੇ ਹੁਣ ਆਪਾਂ ਉੱਥੇ ਸੋਚਿਆ ਵੀ ਆਪਾਂ ਨੂੰ ਆਟਾ ਪੀਸਣ ਵਾਸਤੇ ਹੀ ਮਸ਼ੀਨ ਚਾਹੀਦੀ ਆ ਤੇ ਉਹੀ ਮਸ਼ੀਨ ਜਿਹੜਾ ਮਸਾਲੇ ਵਗੈਰਾ ਵੀ ਪੀਸੇ ਤੇ ਬੇਸਣ ਵਗੈਰਾ ਵੀ ਪੀਸੇ ਤੇ ਉਹ ਸਾਰੇ ਪੀਸਣ ਵਾਲੀ ਮਸ਼ੀਨ ਜਿਹੜੀ ਆ ਗਈ ਉਹ ਆਪਾਂ ਲੈਣ ਲਈ ਬਾਈ ਆਪਾਂ ਪਹੁੰਚਾਂਗੇ ਹਰਿਆਣੇ ਦੇ ਵਿੱਚ ਕਾਲਿਆਂ ਵਾਲੀ ਮੰਡੀ ਜਿੱਥੇ ਇੱਕ ਬਾਈ ਹੁਰੀ ਨੇ ਬਾਈ ਹਰਭਜਨ ਸਿੰਘ ਹੋਰੀ ਮਸ਼ਹੂਰ ਨੇਗੇ ਭਾਰਤ ਆਟਾ ਚੱਕੀ ਵਾਲੇ ਜਿਨ੍ਹਾਂ ਦੀ ਇਹ ਦੁਕਾਨ ਹੈ ਤੁਹਾਨੂੰ ਮੈਂ ਇੱਕ ਸਭ ਤੋਂ ਮੇਨ ਗੱਲ ਦੱਸਦਾ ਆ ਜਾਓ ਮੇਰੇ ਨਾਲ ਅੰਦਰ ਆ ਜਾਓ ਵੀ ਦੂਜੇ ਮੈਂ ਬਹੁਤ ਥਾਵੇਂ ਪਤਾ ਕਰਿਆ ਵੀ ਬਾਈ ਯਾਰ ਵੀ ਆਪਾਂ ਨਾ ਆਟਾ ਚੱਕੀ ਲੈਣੀ ਹੈ ਵੀ ਕਿਹੜੇ ਤੋਂ ਲਈਏ ਤਾਂ ਬੰਦੇ ਕਹਿੰਦੇ ਵੀ ਯਾਰ ਆਹ ਬੰਦੇ ਤੋਂ ਲੈ ਕਾਲਿਆਂ ਵਾਲੀ ਤੋਂ ਭਾਰਤ ਆਟਾ ਚੱਕੀ ਵਾਲਿਆਂ ਤੋਂ ਵੀ ਜਿਹੜੇ ਆਪਾਂ ਪੂਰੇ ਕਹਿੰਦੇ ਵੀ ਇੰਡੀਆ ਦੇ ਵਿੱਚ ਹੀ ਮਸ਼ਹੂਰ ਨੇ ਮਸ਼ਹੂਰ ਕਿਉਂ ਨੇਗੇ ਕਹਿੰਦੇ ਬਾਈ ਇਹ ਨਾ ਮਸ਼ੀਨਾਂ ਆਪ ਬਣਾਉਂਦੇ ਆ ਜਿਵੇਂ ਆਪਾਂ ਕਹਿ ਦਈਏ ਨਹੀਂ ਆਪਣੇ ਬਹੁਤ ਗੁਜਰਾਤ ਮਾਡਲ ਆਉਂਦੀਆਂ ਨੇ ਜਾਂ ਕਿਤੋਂ ਹੋਰ ਬਣੀਆਂ ਹੋਈਆਂ ਆਉਂਦੀਆਂ ਨੇ ਪਰ ਕਹਿੰਦੇ ਵੀ ਇਹ ਬਾਈ ਹੋਰਾਂ ਨੇ ਜਿਹੜੀਆਂ ਇਹ ਆਟਾ ਚੱਕੀ ਵਾਲੀਆਂ ਮਸ਼ੀਨਾਂ ਨੇ ਉਹ ਆਪ ਬਣਾਉਂਦੇ ਨੇਗੇ ਤੇ ਮੇਰੀ ਜਦੋਂ ਬਾਈ ਜੀ ਨਾਲ ਗੱਲ ਹੋਈ ਮੈਂ ਵੀ ਬਾਈ ਇਹ ਗੱਲ ਦੀ ਕੀ ਗਰੰਟੀ ਹੈਗੀ ਤੇ ਬਾਈ ਮੈਨੂੰ ਕਹਿੰਦਾ ਯਾਰ ਬਾਈ ਤੂੰ ਐਂ ਕਰ ਮੇਰੇ ਨਾਲ ਲੱਖ ਲੱਖ ਰੁਪਏ ਦੀ ਸ਼ਰਤ ਲਾਲਾ ਕਹਿੰਦਾ ਜਿਹੜਾ ਬੰਦਾ ਤੇਰੇ ਨਾਲ ਅੜਦਾ ਵੀ ਇਹ ਮਸ਼ੀਨਾਂ ਆਪਣੀ ਤਿਆਰ ਕਰਦੇ ਕਹਿੰਦਾ ਲੱਖ ਲੱਖ ਰੁਪਏ ਦੀ ਸ਼ਰਤ ਲਾਲਾ ਸਾਂਝੇ ਬੰਦੇ ਨੂੰ ਪੈਸੇ ਫੜਾ ਦਿੰਦੇ ਆ ਕਹਿੰਦਾ ਅਸੀਂ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਮੈਂ ਸੋਚਿਆ ਵੀ ਯਾਰ ਜਿਹੜਾ ਬੰਦਾ ਐਡੀ ਵੱਡੀ ਜ਼ਿੰਮੇਵਾਰੀ ਲੈਂਦਾ ਹਨਾ ਮੈਂ ਫਿਰ ਕਿਉਂ ਨਾ ਆਪਾਂ ਉਹਦੇ ਕੋਲ ਹੀ ਚੱਲੀਏ ਤੇ ਅੱਜ ਮੈਂ ਬਾਈ ਦੀ ਇੱਥੇ ਸ਼ੌਪ ਤੇ ਪਹੁੰਚਿਆ ਬਾਈ ਦਾ ਜਿਹੜਾ ਸ਼ੋਰੂਮ ਆਗਾ ਤੇ ਆਪਾਂ ਬਾਈ ਜੀ ਨਾਲ ਗੱਲਬਾਤ ਕਰ ਦਿਆਂਗੇ ਆ ਜਾਓ ਬਾਈ ਜੀ ਲੈਓ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਚੜ੍ਹਦੀ ਕਲਾ ਜੀ ਵਧੀਆ ਵਧੀਆ ਬਾਈ ਸੁੱਖੇ ਆਪਣੇ ਸੁਣਾਓ ਤੇ ਬਾਈ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਹਾਂਜੀ ਵੀ ਤੁਹਾਡਾ ਨਾਂ ਇੰਨਾ ਜ਼ਿਆਦਾ ਮਸ਼ਹੂਰ ਹੈ ਲੋਕ ਕਹਿੰਦੇ ਵੀ ਯਾਰ ਉਹ ਆਟਾ ਚੱਕੀਆਂ ਆਪ ਬਣਾਉਂਦੇ ਆ ਹਾਂਜੀ ਇੱਕ ਤਾਂ ਜੀ ਆਪਣਾ ਪੁਰਾਣਾ ਕੰਮ ਹੈ ਠੀਕ ਹੈ ਬਾਈ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਠੀਕ ਹੈ ਪਹਿਲਾਂ ਅਸੀਂ ਵੀ ਗੁਜਰਾਤ ਚੋਂ ਲਿਆ ਕੇ ਵੇਚਦੇ ਹੁੰਦੇ ਸੀ ਅੱਛਾ ਪਹਿਲਾਂ ਤੁਸੀਂ ਉਧਰੋਂ ਲਿਆ ਕੇ ਸ਼ੁਰੂ ਕਰਿਆ ਸੀ ਗੁਜਰਾਤ ਠੀਕ ਹੈ ਉਹਦੇ ਵਿੱਚ ਕੀ ਸੀਗਾ ਕਮੀਆਂ ਬਹੁਤ ਜ਼ਿਆਦਾ ਸੀ ਠੀਕ ਹੈ ਬਾਈ ਤੇ ਉਹ ਜਿਹੜੀਆਂ ਕਮੀਆਂ ਸੀਗੀਆਂ ਉਹਨਾਂ ਨੂੰ ਕਿਉਂ ਆਪਾਂ ਨੂੰ ਜ਼ਿਆਦਾ ਪਤਾ ਜਿਹੜਾ ਮਤਲਬ ਯੂਜ ਕਰਦਾ ਆਪਾਂ ਸਿੱਧਾ ਹੋਲਸੇਲ ਦਾ ਕੰਮ ਤਾਂ ਕਰਦੇ ਨਹੀਂ ਆਪਾਂ ਰਿਟੇਲ ਦਾ ਕੰਮ ਕਰਦੇ ਰਿਟੇਲ ਦਾ ਕੰਮ ਕਰਦੇ ਠੀਕ ਹੈ ਜੇ ਆਪਾਂ ਹੋਲਸੇਲ ਕਰੀਏ ਤਾਂ ਉਹ ਤੀਜੀ ਥਾਂ ਚੱਕੀ ਵਗ ਜਾਂਦੀ ਹੈ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਦੇ ਵਿੱਚ ਕੀ ਕਮੀ ਹੈ ਕਿਵੇਂ ਹੈ ਬਿਲਕੁਲ ਬਾਈ ਉਹ ਆਪਾਂ ਨੂੰ ਲੋਕ ਡਾਇਰੈਕਟਰ ਦੱਸਦੇ ਸੀਗੇ ਵੀ ਇਹਦੇ ਵਿੱਚ ਆਹ ਕਮੀ ਹੈ ਠੀਕ ਹੈ ਦੇਖੀਏ ਬਾਈ ਆਪਾਂ ਨਾ ਮੈਂ ਤੁਹਾਨੂੰ ਛੋਟੀਆਂ ਸਾਰੀਆਂ ਕਮੀਆਂ ਦੂਰ ਕਰਕੇ ਆਪਾਂ ਚੱਕੀਆਂ ਤਿਆਰ ਕਰੀਏ ਅੱਛਾ ਜੀ ਤੇ ਮੰਨ ਲਓ ਬਾਈ ਜਿਵੇਂ ਹੁਣ ਤੁਹਾਡੇ ਕੋਲ ਆਹ ਚੱਕੀਆਂ ਪਈਆਂ ਨੇ ਸਾਰੀਆਂ ਹਨਾ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜੀ ਗੁਜਰਾਤ ਮਾਡਲ ਆ ਕਿਹੜੀ ਤੁਹਾਡੀ ਆਪਦੀ ਬਣਾਈ ਵੀ ਹੈਗੀ ਇਹ ਤਾਂ ਮੈਨੂੰ ਆਮ ਬੰਦੇ ਦੀ ਨਿਗਾਹ ਨਾਲ ਜੇ ਦੇਖੀਏ ਗਾਹਕ ਦੀ ਨਿਗਾਹ ਨਾਲ ਮੈਨੂੰ ਸਾਰੀਆਂ ਇਹ ਇੱਕ ਨਾਲ ਦੀਆਂ ਹੀ ਲੱਗਦੀਆਂ ਨੇ ਜੀ ਬਾਈ ਸਾਰੀਆਂ
ਤੂੜੀ ਵਾਲਾ ਬੋਰਡ, ਤੂੜੀ ਵਾਲਾ ਬੋਰਡ ਲੱਗਿਆ ਹੁੰਦਾ। ਤੂੜੀ ਵਾਲਾ ਬੋਰਡ ਫਿਰ ਮਤਲਬ ਤੂੜੀ ਵਾਲਾ ਕੰਮ ਹੀ ਹੈ। ਹਾਂ 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 ਤੇ ਇੱਕ ਇਹਦੇ ਵਿੱਚ ਜਿਵੇਂ ਇਹ ਹੌਪਰ ਹੈ, ਇਹਦੇ ਵਿੱਚ ਦਾਣੇ 5 ਕਿਲੋ ਪੈਂਦੇ। ਅੱਛਾ ਆਹ ਚੀਜ਼ ਦੇ ਵਿੱਚ ਲਿਆ ਬਈ, ਮੜਾ ਲਵੇ ਕਰਕੇ ਦਿਖਾ ਦੇ। ਅੱਛਾ ਇਹਦੇ ਵਿੱਚ 5 ਕਿਲੋ ਦਾਣੇ ਪੈਂਦੇ, 5 ਕਿਲੋ ਦਾਣੇ ਪੈਂਦੇ ਆ। ਠੀਕ ਹੈ, ਫਿਰ ਇਹਦੇ ਵਿੱਚ ਜਿਹੜਾ ਟੈਂਕ ਹੈ ਉਹ ਵੀ ਮਤਲਬ 4 ਕਿਲੋ ਵਾਲਾ ਟੈਂਕ ਹੈ ਇਹਦਾ। ਠੀਕ ਹੈ, ਆਹ ਦੇਖੋ ਛੋਟਾ ਜਿਹਾ ਟੈਂਕ ਹੈ। ਠੀਕ ਹੈ, ਹਾਂ ਤੇ ਇਹ ਇਹਦੇ ਨਾਲ ਜਿਹੜੇ ਆਪਣੇ ਵਾਲੀ ਮਤਲਬ ਚੱਕੀ ਹੈ ਇਹਦੇ ਵਿੱਚ ਦਾਣੇ ਵੀ ਜ਼ਿਆਦਾ ਪੈਂਦੇ ਤੇ ਮਟੀਰੀਅਲ ਵੀ ਵਧੀਆ ਹੈਗਾ। ਅੱਛਾ ਜਿਹੜੀ ਤੁਸੀਂ ਕਾਰਡ ਕੱਢੀ ਹੈਗੀ ਮੰਨ ਲਓ ਆਪਦੇ, ਉਹ ਚੱਕੀ ਆਪਣੀ ਇਹ ਹੈ, ਇਹ ਹੈਗੀ। ਹਾਂ ਠੀਕ, ਇਹਦੇ ਵਿੱਚ ਜਿਹੜਾ ਬੋਰਡ ਲੱਗਿਆ ਇਹ ਐਮਡੀਐਫ ਬੋਰਡ ਲੱਗਿਆ ਹੋਇਆ ਹੈਗਾ। ਆਹਾ ਜਿਹੜਾ ਲਾਇਆ ਹੋਇਆ, ਹਾਂ 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 ਠੀਕ ਹੈ, ਵਧੀਆ ਬੋਰਡ ਲੱਗਿਆ ਟਾਇਰਾਂ ਤੋਂ ਲੈ ਕੇ, ਇਹਦਾ ਪਤਾ ਲੱਗ ਸਕਦਾ ਆਪਾਂ ਨੂੰ ਜਿਹੜਾ ਆਪਾਂ ਵੀ ਗਾਹਕ ਨੂੰ ਦਿਖਾ ਦਈਏ ਆਪਾਂ ਨਿਕਲ ਜੂ ਬਾਰੇ। ਆਹ ਦੇਖੋ ਇੱਕ ਆ ਬੈਕ ਸਾਈਡ ਦੇਖੋ, ਲੈਓ ਬਾਈ ਮੜਾ ਉਹ ਉੱਪਰ ਆ ਦੇਖੋ, ਆ ਨੀਚੇ ਜਮਾ ਇਹਨੂੰ ਚੂਹੇ ਵੀ ਕੱਟ ਸਕਦੇ ਆ ਜਾਂ ਪਲਾਸਟਿਕ ਲੱਗੀ ਹੋਈ ਆ। ਆ ਦੇਖੋ ਤੂੜੀ ਵਾਲਾ ਬੋਰਡ ਲੱਗਿਆ ਹੋਇਆ। ਅੱਛਾ ਆਹ ਦਿਖਾ ਵੀ ਸਕਦੇ ਹੋ ਕੈਮਰੇ 'ਚ। ਹਾਂ ਬਾਈ, ਹਾਂ 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 ਠੀਕ ਆ ਬਾਈ, ਠੀਕ ਆ, ਹਲਕਾ ਮਾਲ ਆ ਗਿਆ ਬਿਲਕੁਲ। ਠੀਕ ਆ ਬਾਈ, ਤੇ ਯਾਨੀ ਆਪਾਂ ਕਹਦੇ ਵੀ ਉਤੋਂ ਲਿਪੀ ਬੋਚੀ ਵੱਧ ਗਈ ਆ ਹਨਾ, ਵਿੱਚ ਮਟੀਰੀਅਲ ਦਾ ਮਤਲਬ ਗ੍ਰਾਹਕ ਨੂੰ ਇਹ ਚੀਜ਼ ਦਾ ਨਹੀਂ ਪਤਾ, ਨਹੀਂ ਪਤਾ ਲੱਗਦਾ। ਹਾਂ ਇਹ ਆਪਣੇ ਵਾਲੀ ਚੱਕੀ ਦੇਖੋ ਆਪ, ਆਹ ਸੋਡੀ ਵਾਲੀ ਆ। ਠੀਕ ਹੈ, ਮੈਂ ਮੈਂ ਬਣਾਈ ਕਰੀ ਜਲਾ ਤੁਹਾਨੂੰ ਦੱਸੂਗਾ ਵੀ ਮਤਲਬ ਕੀ ਇਹਦੇ ਖਾਸੀਅਤ ਹੈ, ਕੀ ਇਹਦੇ ਚ। ਹਾਂ ਵੀ ਕੀ ਤੁਸੀਂ ਫਰਕ ਕਰਿਆ ਜਨਾਬ, ਇਹਦੀ ਕੀਮਤ ਵੀ ਆਪਾਂ ਨਾਲ ਦੀ ਨਾਲ ਹੀ ਦੱਸੀ ਜੰਨੇ ਆਂਗੇ। ਠੀਕ, ਇਹਦੀ ਕੀਮਤ ਕੀ ਹੈ ਗੁਜਰਾਤ ਦੀ? ਇਹਦੀ ਕੀਮਤ ਹੈ 10,500 ਰੁਪਏ। 10,500 ਰੁਪਏ, ਠੀਕ ਹੈ। ਜਿਹੜੀ ਆਪਣੀ ਚੱਕੀ ਹੈ ਇਹਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਇਹਦੇ ਬਾਰੇ ਦੱਸ ਦਿਆਂ ਆਪਾਂ। ਠੀਕ ਹੈ, ਜਿਵੇਂ ਤੁਸੀਂ ਕਹੋਗੇ ਵੀ ਦਾਣੇ ਤਾਂ ਇਹਦੇ ਚ ਵੀ 5 ਕਿਲੋ ਪੈਂਦੇ ਹੋਣਗੇ, ਇਹਦੇ ਨਾਲ ਆਪਾਂ ਆਹ ਨਾਲ ਦਿੰਨੇ। ਅੱਛਾ, ਆ ਦੇਖ ਇਸ ਤਰ੍ਹਾਂ ਲੱਗਦਾ ਹੁਣ, ਤੁਸੀਂ ਦੇਖੋ ਇਹ ਐਡਜਸਟੇਬਲ ਹੋ ਗਿਆ। ਹਾਂ ਹਾਂ, ਇਹ ਨਾਲ ਦਿੰਨੇ ਆ, ਇਥੋਂ ਫਿਟਿੰਗ ਹੋ ਜਾਂਦੀ ਹੈ। ਠੀਕ ਹੈ ਜੀ, ਇਹਦੇ ਵਿੱਚ 11 ਕਿਲੋ 11 ਤੋਂ 12 ਕਿਲੋ ਦਾਣੇ ਪੈਂਦੇ। 11 ਤੋਂ 12 ਵੀ ਐਂ ਜਮਾ ਫਿੱਟ ਹੀ ਹੋ ਗਏ ਨਾਲ, ਹਨਾ ਮਤਲਬ ਕਿਸੇ ਪਾਸੇ ਕੋਈ ਨਿਕਲ ਨਹੀਂ ਹੋਣੀ। ਇਹ ਠੀਕ ਹੈ ਬਾਈ, ਮੀਟਰ ਲੱਗਿਆ ਹੋਇਆ ਇਹਦੇ, ਠੀਕ ਹੈ, ਇਹ ਨਾਲ ਦੀ ਨਾਲ ਦੱਸੂਗਾ ਇਹ। ਅੱਛਾ ਆਹ ਉੱਪਰ ਜਿਹੜਾ ਮੀਟਰ ਹੈ ਇਹਨੇ ਐਂ ਦੱਸਣਾ ਵੀ ਆਪਾਂ ਨੂੰ ਇੰਨੀ ਲੋਡ ਦਿੰਦੀ ਹੈ। ਹਾਂਜੀ ਹਾਂਜੀ, ਠੀਕ ਹੈ, ਫੁੱਲੀ ਆਟੋਮੈਟਿਕ ਹੈ, ਜਦੋਂ ਦਾਣੇ ਪਾਵਾਂਗੇ ਚੱਲੂ ਵੀ, ਜਦੋਂ ਦਾਣੇ ਖਤਮ ਹੋ ਗਏ ਉਦੋਂ ਆਪਣੇ ਆਪ ਇਹਨੇ ਬੰਦ ਹੋ ਜਾਣਾ। ਸੈਂਸਰ ਸਿਸਟਮ, ਹਾਂ ਸੈਂਸਰ ਸਿਸਟਮ ਹੈ, 3 ਮਿੰਟਾਂ ਦੇ ਵਿੱਚ ਬੰਦ ਹੋ ਜੂਗੀ। 3 ਮਿੰਟਾਂ ਦੇ ਵਿੱਚ ਵਿੱਚ, ਠੀਕ ਹੈ ਜੀ। ਹੁਣ ਰਹੀ ਗੱਲ ਟੈਂਕ ਦੀ, ਉਹਦਾ ਵੀ ਟੈਂਕ ਦੇਖਿਆ ਤੇ ਤੁਸੀਂ ਆਪਣਾ ਟੈਂਕ ਵੀ ਦੇਖਿਆ। ਆ ਵੀ ਟੈਂਕ, ਹਾਂ ਆ ਵੀ ਚਾਹੇ ਆਪਾਂ ਖੋਲ ਕੇ ਦਿਖਾ ਦਈਏ ਬਿਲਕੁਲ ਬਾਈ। ਹਾਂਜੀ ਹਾਂਜੀ, ਆ ਦੇਖੋ ਹੈ, ਦੁੱਗਣਾ ਟੈਂਕ ਹੈ ਇਹਦੇ ਨਾਲ। ਠੀਕ ਆ ਬਾਈ, ਫਿਰ ਜਿਹੜੇ ਟਾਇਰ ਲੱਗੇ ਹੋਏ ਆ, ਟਾਇਰ ਵੀ ਬਹੁਤ ਵਧੀਆ ਕੁਆਲਿਟੀ ਦੇ ਲੱਗੇ ਹੋਏ ਨਾ, ਟਾਇਰ ਬਹੁਤ ਜਲਦੀ ਟੁੱਟ ਜਾਂਦੇ ਸੀ। ਠੀਕ ਹੈ ਵੀ ਆਪਾਂ ਕਿਤੇ ਮਰਜ਼ੀ ਐਡਜਸਟ ਕਰ ਲਓ। ਹੁਣ ਇਹਨੂੰ ਇੱਧਰ ਕੱਢੋ, ਆ ਦੇਖੋ ਹੁਣ ਇਹਦੇ ਬੈਕ ਸਾਈਡ ਦਿਖਾਵਾਂਗੇ ਆਪਾਂ। ਹਾਂਜੀ, ਜਿਵੇਂ ਕਿ ਉਹਦੇ ਸੀਗਾ ਬੈਕ ਸਾਈਡ, ਇਹਦੇ ਬੈਕ ਸਾਈਡ ਦੇ। ਠੀਕ ਹੈ ਜੀ, ਹਾਂ ਇਹਦੇ ਖਿੜਕੀ ਲਾਤੀ ਆਪਾਂ, ਸਾਰਾ ਬੋਰਡ ਦਾ ਬਣਿਆ ਹੋਇਆ ਵੀ ਚੂਹੇ ਵਾਲਾ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ ਹਨਾ। ਹਾਂ ਹਾਂ ਹਾਂ, ਠੀਕ ਆ ਬਾਈ, ਤੇ ਨਾ ਜਿਹੜਾ ਆਹਗਾ ਇਹਨੂੰ ਵੀ ਆਪਾਂ ਕਹਦੇ ਮਗਰਲੇ ਪਾਸੇ ਸੈੱਟ ਕਰ ਸਕਦੇ ਆ ਹਨਾ। ਇੱਕ ਹੋਰ ਗੱਲ ਹੈ ਇਹਦੇ ਵਿੱਚ, ਇਹ ਮਸਾਲੇ ਵੀ ਕੱਢਦੀ ਆ। ਅਸਾ ਮਸਾਲੇ ਵੀ ਕੱਢਦੀ ਹੈ, ਮਸਾਲਾ ਧਨੀਆ ਸਭ ਚੀਜ਼ ਕੱਢੂਗੀ। ਠੀਕ ਹੈ, ਹਾਂ ਉਹਦੇ ਲਈ ਕੀ ਕਰਨਾ ਪੈਣਾ ਬੰਦੇ ਨੂੰ? ਉਹਦੇ ਲਈ ਆਪਾਂ ਨੂੰ ਇਹ ਯੂਜ਼ ਕਰਨਾ ਇਸ ਤਰ੍ਹਾਂ ਲੱਗਦਾ। ਅੱਛਾ ਅੱਛਾ, ਆ ਜਿਵੇਂ ਆਪਾਂ ਕਹਦੇ ਦੇਖਣ ਨੂੰ ਚਿਮਣੀ ਹੈ, ਆਹ ਕੱਢਣਾ ਜਗਾੜ ਜਾਂ ਲੱਗਦਾ। ਅੱਛਾ ਇਹ ਆ ਚੀਜ਼ ਤੇ ਫਿੱਟ ਹੋ ਜੂ। ਇਹ ਇੱਕ ਮਿੰਟ, ਇਹ ਚੀਰੀ ਦਿੱਤੀ ਹੋਈ ਹੈ, ਕੋਈ ਨਟ ਨਹੀਂ ਕੋਈ ਨਾ, ਚੀਰੀ ਦਿੱਤੀ ਹੋਈ ਹੈ। ਠੀਕ ਹੈ ਜੀ, ਹਾਂ ਇਹਦੇ ਇੱਥੇ ਜਾਲੀਆਂ ਬਦਲੀਆਂ ਜਾਂਦੀਆਂ। ਠੀਕ ਹੈ ਜੀ, ਹਾਂ ਜਿਵੇਂ ਆਪਾਂ ਜਾਲੀਆਂ, ਆ ਇਹਦੀ ਜਾਲੀਆਂ ਆ ਗਈਆਂ। ਠੀਕ ਹੈ, ਇਸ ਤਰ੍ਹਾਂ ਜਾਲੀ ਬਣਦੀ ਹੈ। ਠੀਕ ਹੈ ਵੀ, ਜਿਵੇਂ ਆ ਸਾਰੀਆਂ ਜਾਲੀਆਂ ਪਈਆਂ ਨੇ, ਇਹ ਅੱਡੋ ਅੱਡ ਕੰਮਾਂ ਦੇ ਵਰਤਣ ਲਈ ਨੇ। ਹਾਂ ਇੰਨੇ ਕੰਮ ਹੈ ਬਸ, ਆਪਾਂ ਜਾਲੀ ਇਸ ਤਰ੍ਹਾਂ ਪਾਉਣੀ ਆ। ਠੀਕ ਹੈ, ਬਰੀਕ ਤੋਂ ਬਰੀਕ, ਮੋਟੀ ਤੋਂ ਮੋਟੀ। ਇਹ ਜਾਲੀਆਂ ਆਪਾਂ ਕਾਹਦੇ ਕਾਹਦੇ ਲਈ, ਜਿਵੇਂ ਆਪਾਂ ਕੋਈ ਬੇਸਣ ਵਗੈਰਾ ਉਹ ਕਰਨਾ ਹੈ ਨਾ ਛੋਲਿਆਂ ਦਾ? ਹਾਂ 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 ਹਾਂ, ਬਾਜਰੀ, ਮੱਕੀ, ਹਰ ਇੱਕ ਚੀਜ਼ ਦਾ ਆਟਾ ਬਣਾ ਦਿੰਦੇ ਆ, ਮਸਾਲਿਆਂ ਤੋਂ ਲੈ ਕੇ ਇਹ ਸਾਰੀਆਂ ਜਾਲੀਆਂ ਦੇ ਵਿੱਚੋਂ ਯੂਜ਼ ਹੁੰਦੀਆਂ। ਇਹ ਤਾਂ ਆਪਾਂ ਬਈ ਜਿਵੇਂ ਕਹੀਏ ਕੋਈ, ਜਿਵੇਂ ਆਪਣੇ ਸਤਾਬਰ, ਸਫੈਦ ਮੂਸਲੀ ਵਗੈਰਾ ਹੋ ਗਈਆਂ, ਸਾਬ ਕੇ ਬੈਦ ਬਹੁਤ ਲੈ ਕੇ ਜਾਂਦੇ ਆ ਬੈਦ, ਹੈ ਨਾ। ਹਾਂ ਜਿਵੇਂ ਭਰਾਵੋ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਸਫੈਦ ਮੂਸਲੀ ਜਾਂ ਕੋਈ ਅਸ਼ਵਗੰਧਾ ਵਗੈਰਾ ਰਗੜਨਾ, ਤਾਂ ਉਹ ਚੀਜ਼ਾਂ ਵਾਸਤੇ ਵੀ ਆਪਾਂ ਇਹਦਾ ਕੰਮ ਲੈ ਸਕਦੇ ਹਾਂ। ਮਿਕਸੀ ਜਲਦੀ ਖਰਾਬ ਹੋ ਜਾਂਦੀ ਹੈ, ਇਹ ਖਰਾਬ ਨਹੀਂ ਹੁੰਦੀ। ਠੀਕ ਹੈ ਜੀ, ਇਹ ਆਪਣਾ 1 ਐਚਪੀ ਦਾ ਮਾਡਲ ਆ ਗਿਆ। 1 ਐਚਪੀ ਦਾ ਮਾਡਲ ਆ ਗਿਆ, ਇਹ ਕਿਤੇ ਫਿਰ ਬਾਈ ਜਿਵੇਂ ਇਹ ਚ ਇੰਨੀਆਂ ਉਹ ਆ ਗਈਆਂ, ਜ਼ਿਆਦਾ ਮਹਿੰਗਾ ਤਾਂ ਨਹੀਂ ਹੈ? ਨਹੀਂ ਨਹੀਂ, ਇਹਦੇ ਵਿੱਚ ਇਹਦੇ ਨਾਲ 1000 ਰੁਪਏ ਦਾ ਡਿਫਰੈਂਸ ਹੈ। ਦੇਖੋ ਕੁਆਲਿਟੀ ਹੈ ਜਿਹੜੀ, ਕੁਆਲਿਟੀ ਸਿਰ ਹੈ, ਇਹਦੇ ਨਾਲ ਆਪਣੀ ਚੱਕੀ 1000 ਰੁਪਏ ਮਹਿੰਗੀ ਹੈ। ਅਸੀਂ ਤਾਂ ਕਹਿਣਾ ਬਾਈ ਖੂਬੀਆਂ ਤੁਸੀਂ ਇਹ ਚ ਬਾਹਲੀਆਂ ਪਾ ਦਿੱਤੀਆਂ ਹਨਾ, ਖੂਬੀਆਂ ਸੀਗੀਆਂ ਸਾਰੀਆਂ ਕੱਢਤੀਆਂ, ਵਧੀਆ ਵਾਇਰ ਕਾਪਰ ਦੀ 1.5 ਐਮਐਮ ਦੀ ਤਾਰ ਲੱਗੀ ਹੋਈ ਹੈ ਇਹਦੇ ਵਿੱਚ। ਠੀਕ ਹੈ, ਹਾਂਜੀ, ਇਹਦੀ ਕੀਮਤ ਹੈ 11,800 ਰੁਪਏ। 11,800 ਰੁਪਏ, ਹਾਂ ਇਹਦੇ ਵਿੱਚ ਆਪਾਂ 500 ਰੁਪਏ ਆਪਣੀ ਵੀਡੀਓ ਦੇਖ ਕੇ ਆਉਂਦਾ ਉਹ ਆਪਾਂ ਲੈਸ ਕਰਦੇ ਹਾਂ। ਠੀਕ ਹੈ ਜੀ ਭਰਾਵੋ, ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆਉਂਦਾ ਤਾਂ ਬਾਈ ਕਹਿੰਦਾ ਵੀ ਤੁਹਾਡੀ ਵੀਡੀਓ ਦਾ ਰੈਫਰੈਂਸ ਦਿਓਗੇ ਤਾਂ 500 ਰੁਪਏ ਉਹਦੇ ਲਈ ਸਪੈਸ਼ਲ ਡਿਸਕਾਊਂਟ ਹੈ। ਹਾਂ ਡਿਸਕਾਊਂਟ, ਜੇ ਕਈ ਵਾਰ ਕਿਸੇ ਨੇ ਪਹੁੰਚ ਕਰਾਉਣੀ ਹੋਵੇ ਬੰਦਾ ਨਾ ਉਰੇ ਆ ਸਕੇ ਵੀ, ਹਾਂ ਉਹਦਾ ਆਪਾਂ ਚਾਹੇ ਆਪਣਾ
बड़िया मल्लां मारियां ने। कोई कनेडा अमरीका आस्ट्रेलिया ਦੇ ਵਿੱਚ ਆਪਣੇ ਜਾਂਦੇ ਆ ਬੰਦੇ ਉੱਥੇ ਕਹਿੰਦੇ ਆਟੇ ਉਟੇ ਦੀ ਬਹੁਤ ਦਿੱਕਤ ਆ ਜਾਂਦੀ ਹੈ ਸਟੋਰਾਂ ਵਗੈਰਾ ਤੋਂ ਉਹਦੇ ਲਈ ਕੋਈ ਬਣਾਈਆ ਤੁਸੀਂ ਮੇਰੇ ਕੋਲ ਨਾ ਆਸਟ੍ਰੇਲੀਆ ਚੋਂ ਬਹੁਤ ਫੋਨ ਆਏ ਅੱਛਾ ਤੇ ਉਹਨਾਂ ਵਾਸਤੇ ਉਹਨਾਂ ਨੇ ਬਹੁਤ ਮੈਨੂੰ ਕਿਹਾ ਕਹਿੰਦੇ ਯਾਰ ਤੂੰ ਪੰਜਾਬ ਵਾਲਿਆਂ ਵਾਸਤੇ ਚੱਕੀਆਂ ਤਿਆਰ ਕਰੀ ਜਾਂਦਾ ਕੋਈ ਸਾਡੇ ਵਾਸਤੇ ਵੀ ਚੱਕੀ ਤਿਆਰ ਹਾਂ ਕਿਉਂ ਇਹ ਗੱਲ ਮੈਂ ਵੀ ਦੇਖੀ ਹੈ ਨਾ ਸਾਡੀ ਮੈਂ ਉਹਨਾਂ ਵਾਸਤੇ ਇੱਕ ਸਪੈਸ਼ਲ ਚੱਕੀ ਤਿਆਰ ਕਰੀ ਹੈ ਐਨਆਰਆਈ ਵੀਰਾਂ ਵਾਸਤੇ ਐਡਾ ਵੱਡਾ ਫਿੱਟ ਕਿਵੇਂ ਲੈ ਕੇ ਜਾਣਗੇ ਇਹ ਆਏ ਸੀ ਨਾ ਵੀ ਇਹ ਤਾਂ ਫਲਾਪਟ ਜਾਦੇ ਸੀ ਇਹਦੀ ਠੀਕ ਹੈ ਆਪਾਂ ਆ ਮਾਡਲ ਤਿਆਰ ਕਰਿਆਗਾ ਅੱਛਾ ਦੇਖੋ ਇੰਨੇ ਹੀ ਆ ਇੰਨੇ ਹੀ ਆ ਸਾਰਾ ਹੈ ਹਾਂ ਵਾ 1.5 ਫੁੱਟ ਉੱਚੀ ਹੈ 3 ਫੁੱਟ ਦੀ ਚੌੜੀ ਹੈ ਮੈਂ ਕਹਿੰਦਾ ਯਾਰ ਆਰਾਮ ਨਾਲ ਬਈ ਯਾਰ ਇਹ ਮਾਡਲ ਹੈ ਜਿਹੜਾ ਕੁਆਲਿਟੀ ਇਹਦੇ ਨਾਲ ਦੀ ਹੈ ਕੋ ਮੈਂ ਇਹੀ ਗੱਲ ਪੁੱਛਣ ਲੱਗਿਆ ਸੀ ਵੀ ਕਿਤੇ ਵੀ ਇਹ ਕੁਆਲਿਟੀ ਜਿਹੜਾ ਸਿਸਟਮ ਇਹਦੇ ਚ ਲੱਗਿਆ ਉਹੀ 2-in-1 ਮਸਾਲੇ ਵੀ ਕੱਢੂਗੀ ਮਸਾਲੇ ਵਗੈਰਾ ਆਟਾ ਵਗੈਰਾ ਸਭ ਚੀਜ਼ ਉਹੀ ਫੰਕਸ਼ਨ ਉਹੀ ਸਭ ਕੁਝ ਕੋਈ ਦਲੀਆ ਬਣਾਉਣਾ ਆਪਾਂ ਤਾਂ ਉਹਦੇ ਹਿਸਾਬ ਤੇ ਜਾਲੀ ਪਾ ਦਿਓ ਸਭ ਚੀਜ਼ ਆ ਠੀਕ ਹੈ ਹਾਂ ਇਹ ਉਹ ਇਹਦੇ ਥੱਲੇ ਲੱਕੜ ਵੀ ਲੱਗੀ ਹੋਈ ਆ ਲੱਕੜ ਦਾ ਫਰੇਮ ਬਣਾ ਕੇ ਮੋਟਰ ਉੱਤੇ ਰੱਖੀ ਹੋਈ ਹੈ ਠੀਕ ਹੈ ਕਿਉਂ ਬਾਹਰ ਕੀ ਹੈ ਨਾ ਕਿਚਨਾਂ ਦੇ ਵਿੱਚ ਮੰਨ ਲਓ ਵੀ ਐਡਜਸਟ ਹੋ ਜੂ ਫਿਰ ਉਹ ਨਹੀਂ ਕਹਿਣਾ ਉੱਥੇ ਨਾ ਲਿਜਾਣ ਦੀ ਦਿੱਕਤ ਆਉਂਦੀ ਸੀ ਇਸ ਕਰਕੇ ਆਪਾਂ ਛੋਟੇ ਤੋਂ ਛੋਟਾ ਮਾਡਲ ਪੈਕਿੰਗ ਕਰਕੇ ਬਾਹਰ ਚਲਾ ਜਾਊ ਕੋ ਕੋਰੀਅਰ ਕਰਵਾ ਦਿੰਦੇ ਹੋ ਕੋਰੀਅਰ ਕਰਵਾ ਦਿੰਦੇ ਆ ਜੇ ਕਿਸੇ ਵੀ ਭਰਾ ਨੂੰ ਚਾਹੀਦੀ ਹੋਵੇ ਤਾਂ ਆਪਾਂ ਕਿਸੇ ਕੰਟਰੀ ਚ ਤੁਸੀਂ ਬਾਹਰ ਬੈਠੇ ਬਾਈ ਜੀ ਨਾਲ ਗੱਲਬਾਤ ਕਰੋ ਪੈਸੇ ਪਾਓ ਤੁਹਾਡੇ ਘਰੇ ਚੀਜ਼ ਪਹੁੰਚਦੀ ਹੋ ਜੂਗੀ ਹੁਣ ਤੁਹਾਨੂੰ ਸਟੋਰਾਂ ਤੋਂ ਆਟਾ ਲੈਣ ਦੀ ਮਸਾਲੇ ਲੈਣ ਦੀ ਲੋੜ ਨਹੀਂ ਹੈਗੀ ਕੋਈ ਵੀ ਹਲਦੀ ਪੀਸਣੀ ਆ ਕੁਝ ਵੀ ਪੀਸਣੀ ਆ ਤੇ ਚੁੱਪ ਕਰਕੇ ਪਿਛਵਾਓ ਤੁਸੀਂ ਆਪਦੇ ਘਰੇ ਬੈਠ ਕੇ ਪੀਸੋ ਹੌਲਿੰਗਾ ਰੇ ਬਿਲਕੁਲ ਬਾਈ ਸਪੈਸ਼ਲ ਐਨਆਰਆਈ ਵੀਰਾਂ ਵਾਸਤੇ ਗਿਫਟ ਤਿਆਰ ਕਰਿਆ ਆਪਾਂ ਠੀਕ ਆ ਬਾਈ ਸੱਚੀਓ ਗਿਫਟ ਵਾਲਾ ਕੰਮ ਹੀ ਆ ਬਾਈ ਬਿਲਕੁਲ ਇਧਰ ਲੋੜ ਨਹੀਂ ਆ ਸਾਰਾ ਕੁਝ ਠੀਕ ਆ ਬਾਈ ਇਹ ਕੱਚ ਵੀ ਹੋ ਗਈ ਕੱਚ ਵੀ ਮਾਡਲ ਆ ਗਿਆ ਇਹ ਜੇ ਆਪਾਂ ਲਾਈਏ ਬਾਈ ਵੀ ਘਰ ਦੇ ਪਰਿਵਾਰਾਂ ਦੇ ਹਿਸਾਬ ਤੇ ਕਿੰਨੇ ਕ ਜੀਆਂ ਵਾਸਤੇ ਠੀਕ ਰਹੂਗੀ ਹਾਂ ਇਹਦੇ ਵਾਸਤੇ ਆਪਾਂ ਸੁਣਾ ਦਿਆਂ ਵੀ ਜਿਵੇਂ ਆਪਾਂ ਘਰੇ ਪਸ਼ੂ ਨਹੀਂ ਰੱਖਦੇ ਹਾਂ ਜਾਂ ਇੱਕ ਦੋ ਪਸ਼ੂ ਰੱਖਦੇ ਆ ਛੋਟਾ ਪਰਿਵਾਰ ਹੈਗਾ ਠੀਕ ਹੈ ਤਾਂ ਆਪਾਂ ਨੂੰ ਇਹ ਵਧੀਆ ਰਹਿੰਦੀ ਹੈ ਠੀਕ ਹੈ 1 HP ਦੀ ਠੀਕ ਹੈ ਫਿਰ ਉਸ ਤੋਂ ਬਾਅਦ ਜੇ ਆਪਾਂ 5-6 ਪਸ਼ੂ ਰੱਖਦੇ ਆ ਫਿਰ ਆਪਾਂ ਨੂੰ 2 HP ਮਾਡਲ ਵੀ ਤਿਆਰ ਕਰੇ ਆਪਾਂ ਠੀਕ ਹੈ ਇਹ 2 HP ਮਾਡਲ ਹੈ ਮੰਨ ਲਓ ਵੀ ਘਰ ਦੇ ਆਪਾਂ ਕਹੀਏ ਵੀ 7-8 ਜੀ ਨੇ ਤੇ 5-4 ਪਸ਼ੂ ਰੱਖੇ ਵੀ ਹੈ ਹਾਂ ਫਿਰ 2 HP ਮਾਡਲ ਫਿਰ 2 HP ਮਾਡਲ ਹਾਂ ਇਹ ਵੀ ਫੁੱਲੀ ਆਟੋਮੈਟਿਕ ਹੈ ਠੀਕ ਹੈ ਇਹਦਾ ਵੀ ਆ ਐਡਜਸਟੇਬਲ ਹੈਗਾ ਹਾਂ ਹਾਂ ਇਸ ਤਰ੍ਹਾਂ ਉਹਦੇ ਵੀ ਜਿਵੇਂ ਉਹੀ ਮਾਡਲ ਹੈ ਇਸ ਤਰ੍ਹਾਂ ਠੀਕ ਹੈ ਬਿਲਕੁਲ ਸਹੂਲਤ ਬਈ ਮੰਨ ਲਓ ਫਿਰ ਕਿਵੇਂ ਲੋੜ ਪਈ ਜਿਵੇਂ ਤੁਸੀਂ ਕਹਿੰਦੇ ਵੀ ਲੋਕ ਉਰੇ ਆ ਕੇ ਦੱਸਦੇ ਹੋਣਗੇ ਵੀ ਯਾਰ ਵੀ ਸਾਨੂੰ ਇਹਦੇ ਵਿੱਚ ਆਹ ਸਮੱਸਿਆ ਆਈ ਹੈਨਾ ਸਮੱਸਿਆ ਸੀਗੀ ਜਿਹੜੀ ਉਹ ਆਪਾਂ ਸਾਰੀਆਂ ਸਮੱਸਿਆ ਦੂਰ ਕਰਤੀਆਂ ਆਪਾਂ ਖੁਦ ਚੱਕੀ ਬਣਾਉਣ ਤਿਆਰ ਕਰਦੇ ਠੀਕ ਹੈ ਹੁਣ ਮੈਂ ਦੁਬਾਰੇ ਫੇਰ ਉਹੀ ਗੱਲ ਕਰਦਾ ਜਿਹੜੀ ਤੁਸੀਂ ਮੈਨੂੰ ਫੋਨ ਤੇ ਗੱਲ ਕਹੀ ਦੀ ਵੀ ਲੱਖ-ਲੱਖ ਰੁਪਏ ਦੀ ਸ਼ਰਤ ਲਾ ਲਓ ਵੀ ਕੋਈ ਵੀ ਬੰਦਾ ਫੈਕਟਰੀ ਦੇਖਣੀ ਚਾਹੇ ਤਾਂ ਕਦੋਂ ਮਰਜ਼ੀ ਆ ਸਕਦਾ ਸੁਖੀ ਜਿਹੜੀ ਤੁਹਾਡੇ ਨਾਲ ਗੱਲ ਕਰੀ ਆ ਉਸੇ ਗੱਲ ਤੇ ਕਾਇਮ ਆ ਆਪਾਂ ਵੀ ਕੋਈ ਬੰਦਾ ਬਿਨਾ ਫੋਨ ਕੀਤੇ ਹੋਵੇ ਆ ਜੇ ਵੀ ਚੱਲ ਬਈ ਫੈਕਟਰੀ ਦੀ ਤੁਹਾਡੀ ਫੈਕਟਰੀ ਦਿਖਾਓ ਜਾਂ ਤੁਸੀਂ ਕਿੱਥੇ ਬਣਾਉਣੇ ਆ ਚੋਟ ਮਾਰ ਦਿਓ ਅਸੀਂ ਆਪਦੀ ਫੈਕਟਰੀ ਵੀ ਦਿਖਾਵਾਂਗੇ ਤੁਹਾਨੂੰ ਸਾਬਤ ਕਰਕੇ ਦਿਖਾਵਾਂਗੇ ਵੀ ਅਸੀਂ ਆਪ ਤਿਆਰ ਕਰਦੇ ਬਿਲਕੁਲ ਬਾਈ ਪਾਣੀ 'ਚ ਡਾਂਗਾ ਵਾਲਾ ਕੰਮ ਨਹੀਂ ਹੈਗਾ ਵੀ ਬਾਈ ਅਸੀਂ ਝੂਠੇ ਨਿਕਲੇ ਤਾਂ 1 ਲੱਖ ਰੁਪਇਆ ਨਾ ਤਾਂ 1 ਲੱਖ ਰੁਪਇਆ ਲੈ ਜਿਓ ਨਹੀਂ ਫਿਰ 1 ਲੱਖ ਰੁਪਇਆ ਦੇ ਜਿਓ ਕਿਉਂ ਕਈ ਗੁਜਰਾਤ ਚੋਂ ਲਿਆ ਕੇ ਕਹਿੰਦੇ ਅਸੀਂ ਆਪ ਤਿਆਰ ਕਰਦੇ ਹਾਂ ਉਹ ਝੂਠ ਵਾਲਾ ਕੰਮ ਹੈ ਨਹੀਂ ਆਪਣੇ ਕੋਲ ਬਿਲਕੁਲ ਬਾਈ ਫਿਰ ਇਸ ਤੋਂ ਬਾਅਦ 3 HP ਆ ਗਈ ਜਿਵੇਂ 10 12 ਪਸ਼ੂ ਰੱਖਦਾ ਹਾਂਜੀ ਤੇ ਮਤਲਬ ਵੱਡਾ ਪਰਿਵਾਰ ਹੈ ਹਾਂ 3 HP ਦੀ ਵੈਸੇ ਜ਼ਿਆਦਾਤਰ 2 HP ਦੀ ਜ਼ਿਆਦਾ ਚੱਲਦੀ ਹੈ ਠੀਕ ਹੈ ਇਹਦੇ ਵੀ ਤੁਹਾਨੂੰ ਫੰਕਸ਼ਨ ਦਿਖਾਉਣੇ ਆਗੇ ਬਿਲਕੁਲ ਇਹਦੇ ਵੀ ਇਸ ਤਰ੍ਹਾਂ ਮਤਲਬ ਆ ਲੱਗੂਗਾ ਤੇ ਇਹਦੀ ਸਪੀਡ ਮੰਨ ਲਓ ਕਿੰਨੀ ਕੁ ਹੈ ਜਿਵੇਂ ਆਪਾਂ 5 ਕਿਲੋ ਜਾਂ 10 ਕਿਲੋ ਆਟਾ ਪਾ ਦਿੰਦੇ ਹਾਂ ਇਹਦੇ ਵਿੱਚ ਹਾਂ ਸੁਣਾ ਦੇ ਇਹਦੇ ਬਾਰੇ ਜਿਵੇਂ ਹੁਣ ਇਹ 1 HP ਦੀ ਚੱਕੀ ਹੈ ਇਹ 8 ਤੋਂ 10 ਕਿਲੋ ਆਟਾ ਕੱਢਦੀ ਹੈ 1 ਘੰਟੇ ਠੀਕ ਹੈ ਜਿਹੜੇ 2 HP ਦੀ ਹੈ ਇਹ 15 ਕਿਲੋ ਆਟਾ 15 ਤੋਂ 20 ਕਿਲੋ ਆਟਾ ਕੱਢ ਦਿੰਦੀ ਹੈ 1 ਘੰਟੇ ਜੀ ਠੀਕ ਹੈ ਤੇ ਦਾਣਾ ਕੱਢ ਦਿੰਦੀ ਹੈ ਇਹ 30-35 ਕਿਲੋ ਠੀਕ ਹੈ ਤੇ ਗੱਲ ਕਰੋ ਆਪਣੇ ਇਹਦੀ ਦਲੀਏ ਦੀ ਦਲੀਆ ਤਾਂ ਇਹ ਬਈ ਸੈਂਬਰਾਂ ਹੀ ਲਾ ਆਉਂਦੀ ਹੈਗੀ ਠੀਕ ਹੈ ਦਲੀਆ ਕੱਢਦੀ ਹੈ ਇਹ 2.5-3 ਕੁਇੰਟਲ ਦੀ 2.5-3 ਕੁਇੰਟਲ ਘੰਟੇ 'ਚ ਠੀਕ ਹੈ ਹਾਂ ਜਿਹੜੀ ਆਪਾਂ ਕਹਿੰਦੇ ਹਾਂ 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 ਦੋ ਫਾੜ ਹੋ ਜਾਂਦੀ ਆ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਇਹਦੇ ਆ ਲੱਗ ਜਾਂਦਾ ਹੈਗਾ ਇਹ ਮਸਾਲੇ ਵਾਲਾ ਠੀਕ ਹੈ ਜੀ ਹੁਣ ਮਸਾਲਾ ਕੱਢਣਾ ਜਦੋਂ ਆਪਾਂ ਇਹ ਲਾ ਲਿਆ ਹਾਂ ਇਹ ਲਾ ਇਹਦੇ ਵਿੱਚ ਜੇ ਆਪਾਂ ਲੇਟੀ ਜ਼ਿਆਦਾ ਕੱਢਣੀ ਹੈਗੀ 2-3 ਕੁਇੰਟਲ ਕੱਢਣੀ ਹੈ ਕਾ ਨਾਲ ਦਿੰਨੇ ਆਪਾਂ ਕੋਈ ਐਕਸਟਰਾ ਪੈਸਾ ਨਹੀਂ ਲੈਂਦੇ ਠੀਕ ਹੈ ਹਾਂ ਇਹਦੇ ਵਿੱਚ ਹੀ ਦਿੰਨੇ ਆ ਇਹ ਆਪਾਂ ਧਰ ਕੇ ਆਪਾਂ ਇਸ ਨੂੰ ਚਲਾ ਕੇ ਵੀ ਦਿਖਾਵਾਂਗੇ ਠੀਕ ਹੈ ਬਈ ਬਿਲਕੁਲ ਇਹ ਜਦੋਂ ਆਪਾਂ ਲਾਤਾ ਇਹਦੇ ਵਿੱਚ ਡਾਇਰੈਕਟਰ ਦਿਓ ਪਾਓ ਦਾਣੇ ਤੇ ਫਟਾਫਟ ਜਾਣਗੇ ਠੀਕ ਹੈ ਮੰਨ ਲਓ ਜਦੋਂ ਆਪਾਂ ਲੇਟੀ ਵਾਲਾ ਉਹ ਕਰ ਦਿਆਂਗੇ ਉਦੋਂ ਦੀ ਉਹ ਕਰ ਲਓ ਜਦੋਂ ਆਪਾਂ ਮਸਾਲੇ ਕੱਢਨੇ ਆ ਫਿਰ ਇਹਨੂੰ ਇਸ ਤਰ੍ਹਾਂ ਲਾ ਲਾਂਗੇ ਤਾਂ ਇੱਥੋਂ ਦੀ ਸਿੱਧਾ ਹਾਂ ਹਾਂ ਠੀਕ ਹੈ ਜਦੋਂ ਆਪਾਂ ਨਹੀਂ ਇਹ ਯੂਜ਼ ਕਰਨਾ ਫਿਰ ਆਪਾਂ ਇਹਦੇ ਨਾਲ ਆ ਪਲੇਟ ਆਉਂਦੀ ਆ ਤੇ ਜਿਹੜੇ ਮਸਾਲੇ ਨੇ ਬਈ ਆਪਾਂ ਦੱਸ ਦਈਏ ਮੜਾ ਜਿਹਾ ਆਪਣੇ ਸਰੋਤਿਆਂ ਨੂੰ ਵੀ ਮਸਾਲੇ ਵਗੈਰਾ ਉੱਪਰ ਦੀ ਪੈਕੇ ਨਹੀਂ ਹੋ ਸਕਦੇ ਆ ਮਸਾਲੇ ਵਾਲਾ ਸਪੈਸ਼ਲ ਅਸ ਇਹ ਮਸਾਲੇ ਵਾਲਾ ਸਪੈਸ਼ਲ ਆ ਗਿਆ ਠੀਕ ਹੈ ਇਹਦੇ ਵਿੱਚ ਦੀ ਮਤਲਬ ਫਲਾਪਟੀ ਹੁੰਦੀ ਆ ਇਹਦੇ ਵਿੱਚ ਦੀ ਸਿੱਧੀ ਡਾਇਰੈਕਟ ਪਾਉਣੀ ਇਹਦੇ ਵਿੱਚ ਦੀ ਸਿੱਧੀ ਪਾਉਣੀ ਪੈਂਦੀ ਠੀਕ ਹੈ ਠੀਕ ਹੈ ਦੋ ਵਾਰ ਚ ਮਿਰਚ ਕੱਢਣੀ ਪੈਂਦੀ ਠੀਕ ਹੈ ਵੈਸੇ ਉਦਾਂ ਇਹ ਬੰਦ ਕਰਿਆ
कीमत की पै जाती है बई ਇਹਦੀ ਕੀਮਤ ਪੈ ਜਾਂਦੀ ਹੈ 15800 ਰੁਪਇਆ 15800 ਰੁਪਇਆ ਹਾਂ ਉਹੀ ਆਪਾਂ ਜੇ ਆਪਾਂ ਵੀਡੀਓ ਦੇਖ ਕੇ ਕੋਈ ਆਊਗਾ ਹਾਂ ਤਾਂ ਆਪਾਂ ਉਹਨੂੰ ਉਵੇਂ ਡਿਸਕਾਊਂਟ ਦੇਵਾਂ 500 ਰੁਪਇਆ ਲੈਸ 500 ਰੁਪਇਆ ਤੁਹਾਡੀ ਵੀਡੀਓ ਦੇਖ ਕੇ ਵੀ ਜਿਹੜੀ ਮਰਜ਼ੀ ਮਸ਼ੀਨ ਜੇ ਘਰੇ ਮੰਗਾਉਣੀ ਹੈ ਹਾਂ ਤਾਂ ਆਪਾਂ 1000 ਰੁਪਏ ਦੇ ਵਿੱਚ ਚਾਹੇ 300 ਕਿਲੋਮੀਟਰ ਦਾ ਆਰਡਰ ਹੈ ਆਪਣੇ ਕੋਲੇ ਠੀਕ ਹੈ ਤੇ 1000 ਰੁਪਏ ਦੇ ਵਿੱਚ ਅਗਲੇ ਦੇ ਘਰੇ ਜਾਓ ਅਗਲੇ ਘਰੇ ਪਹੁੰਚਦੀ ਘਰੇ ਪਹੁੰਚ ਕੇ ਚਲਾ ਕੇ ਬਾਈ ਕਹਿੰਦਾ ਪੈਸੇ ਵੀ ਚਾਹੇ ਤੁਸੀਂ ਘਰੇ ਜਾ ਕੇ ਦੇ ਦਿਓ ਹਾਂ ਸਾਈ ਪਾਉਣੀ ਹੈ ਪਹਿਲਾਂ ਸਾਈ ਹਾਂ ਹਾਂ ਬਾਕੀ ਘਰੇ ਜਾ ਕੇ ਸਾਰੀ ਪੀ ਬਾਕੀ ਘਰੇ ਜਾ ਕੇ ਤੁਸੀਂ ਚਲਾ ਕੇ ਦੇਖ ਲਿਓ ਮੈਨੂੰ ਐਂ ਲੱਗਦਾ ਵੀ ਘਰੇ ਜਾ ਕੇ ਜੇ ਤੁਸੀਂ ਇਹ ਚਲਾਈ ਆਲੇ ਦਾਲੇ ਪੰਜ ਚਾਰ ਗਵਾਂਢੀ ਹੋਰ ਤਿਆਰ ਹੋ ਜਾਣਗੇ ਵੀ ਯਾਰ ਸਾਨੂੰ ਪਹਿਲਾਂ ਦੱਸ ਦੇ ਵੀ ਅਸੀਂ ਵੀ ਮੰਗਵਾ ਲੈਂਦੇ ਬਿਲਕੁਲ ਬਾਈ ਫਿਰ ਇਸ ਤੋਂ ਬਾਅਦ ਮਤਲਬ ਆਪਣਾ 3 ਐਚਪੀ ਦਾ ਮਾਡਲ ਇਹ 3 ਐਚਪੀ ਵਾਲਾ ਠੀਕ ਹੈ ਜੀ 2 ਐਚਪੀ ਦਾ 15 ਤੋਂ 20 ਕਿਲੋ ਆਟਾ ਇਹ ਤੁਹਾਨੂੰ ਦੱਸਦਾ ਹਾਂਜੀ ਹਾਂਜੀ ਮਤਲਬ 3.5 ਕੁਇੰਟਲ ਦਾਣਾ ਦਲੀਆ ਕਰਦਾ ਦਾਣਾ ਬਿਲਕੁਲ ਜੀ ਬਿਲਕੁਲ ਜੀ ਫਿਰ ਇਹਦੇ ਵਿੱਚ ਆ ਗਿਆ 3 ਐਚਪੀ ਮਾਡਲ ਠੀਕ ਹੈ ਜੀ 3 ਐਚਪੀ ਮਾਡਲ ਇਹ ਵੀ ਇਸ ਤਰ੍ਹਾਂ ਹੀ ਹੈ ਇਹਦੇ ਇਹ ਸੈਮੀ ਆਟੋਮੈਟਿਕ ਬਣਾਇਆ ਮਾਡਲ ਅੱਛਾ ਜੀ ਇਹ ਇੱਥੋਂ ਛੱਡੀ ਦਾ जो कणक पाती मसाले वगैरा खिड़की बोर्ड भी एमडीएफ बोर्ड लग्या होया बिल्कुल जी बिल्कुल बहुत वधिया भरावो मैनू तो बहुत वधिया चीज़ फिट लगी है ना तो बई कि चीज़ पई है हाँ ये जो पुराना मॉडल गुजरात मॉडल आ गया अच्छा गुजरात मॉडल ठीक है ये मॉडल आ गया ठीक है कमियां सी ठीक है ਇਹਦੇ ਵਿੱਚ ਕਮੀਆਂ ਆਏ ਸੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹਦੇ ਵਿੱਚ 5 ਕਿਲੋ ਦਾਣੇ ਪੈਂਦੇ 5 ਕਿਲੋ ਦਾਣੇ ਪੈਂਦੇ ਹਾਂ ਕਿਉਂ ਵਾਰ-ਵਾਰ ਬਦਲਣਾ ਪੈਂਦਾ ਮਤਲਬ ਦਾਣੇ ਪਾਉਣੇ ਪੈਂਦੇ ਫਿਰ ਇਹਦੇ ਜਿਹੜੀ ਟੈਂਕੀ ਹੈ ਉਹ 1 ਐਚਪੀ ਦੀ ਸੀ 4 ਕਿਲੋ 4 ਕਿਲੋ ਠੀਕ ਹੈ ਹਾਂ ਫਿਰ ਦੂਜੀ ਗੱਲ ਇਹਦੇ ਸਾਰਿਆਂ ਨੂੰ ਵੱਡੀ ਸਮੱਸਿਆ ਕੀ ਸੀਗੀ ਕਰੰਟ ਦੀ ਅੱਛਾ ਕਰੰਟ ਦੀ ਬਹੁਤ ਜ਼ਿਆਦਾ ਸਮੱਸਿਆ ਸੀ ਇਹਦੇ ਆਪਾਂ ਮਤਲਬ ਟੈਸਟ ਪਿੰਨ ਲਾਉਂਦੇ ਉਹ ਵੀ ਜਗਦਾ ਇਹਦੇ ਕਰੰਟ ਆਉਂਦਾ ਹੀ ਆਉਂਦਾ ਹੀ ਪੱਕਾ ਇਹਦੇ ਵਿੱਚ ਕੀ ਹੈ ਨਾ ਇਹਦੇ ਥੱਲੇ ਫੱਟੀ ਨਹੀਂ ਲੱਗੀ ਠੀਕ ਹੈ ਇਹ ਸਾਰਾ ਮਤਲਬ ਇਸ ਤਰ੍ਹਾਂ ਹੀ ਬਣਾ ਕੇ ਉਹਨਾਂ ਨੇ ਬਹੁਤ ਵੱਡੀ ਕਮੀ ਹੈ ਇਹਦੇ ਵਿੱਚ ਬਹੁਤ ਵੱਡੀ ਕਮੀ ਹੈ ਜਦੋਂ ਕਈ ਵਾਰੀ ਆਪਾਂ ਨੰਗੇ ਪੈਰੀ ਜਾਂ ਮਤਲਬ ਗਿੱਲੇ ਪੈਰਾਂ ਨਾਲ ਹੱਥ ਲਾਵਾਂਗੇ ਤਾਂ ਇਹ ਛਾਂਟ ਮਾਰਦੀ ਹੈ ਜਿਵੇਂ ਝੜ ਚੜੋਈ ਦਾ ਟਾਈਮ ਹੁੰਦਾ ਹੈ ਤੇ ਇਸ ਕਰਕੇ ਉਹ ਵੀ ਜਿਵੇਂ ਆਪਣੇ ਸਲਾਬ ਆ ਜਾਂਦੀ ਹੁੰਦੀ ਹੈ ਕਈ ਥਾਂ ਤੇ ਹਨਾ ਫਿਰ ਉਹ ਤਾਂ ਪੰਗੇ ਵਾਲਾ ਕੰਮ ਹੀ ਹੈਗਾ ਤੇ ਇੱਕ ਇਹਦੇ ਸਮੱਸਿਆ ਸਾਰਿਆਂ ਨੂੰ ਵੱਡੀ ਸੀ ਜਿਹਨਾਂ ਘਰਾਂ ਦੇ ਵਿੱਚ ਚੂਹੇ ਆ ਥੱਲੋਂ ਦੀ ਚੂਹੇ ਵੜ ਕੇ ਨਾ ਤਾਂ ਉਹਦੇ ਉੱਤੇ ਤਾਰਾ ਕੱਟ ਜਾਂਦੀ ਤੇ ਨਾਲੇ ਬਿਠਾਂ ਕਰਦੀ ਇਹਦੇ ਇਹਦੇ ਥੱਲੇ ਦੇਖੋ ਠੀਕ ਹੈ ਜੀ ਹਾਂ ਆ ਦੇਖੋ ਥੱਲੇ ਓਪਨ ਹੀ ਹੈ अच्छा अच्छा इतों ही ठीक है आ जी बिल्कुल जी बिल्कुल हाँ सरिया रखी हुई है बिल्कुल जी टायर करो माड़ा उधर करो आप दिखा दिए बारे बिल्कुल जी तुम देख सकते हो सरिया रखी हुई है ਇਥੋਂ ਚੂਹੇ ਵੜ ਜਾਂਦੇ ਹਨਾ ਹਾਂ 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 ਨਾਲੇ ਕਰਾਂਗਾ ਬਿਲਕੁਲ ਜੀ ਬਿਲਕੁਲ ਟਾਇਰ ਵੀ ਦੇਖੋ ਹਲਕੇ ਆ 50 ਰੁਪਏ ਵਾਲੇ ਟਾਇਰ ਲਾਉਂਦੇ ਸੀਗੇ ਐਡੀ ਚੀਜ਼ ਦੇ ਡੇਡ ਕੀ ਟਾਇਰ ਹਨਾ ਗੱਲ ਉਹੀ ਆ ਗੁਜਰਾਤ ਮਾਡਲ ਦਿਮਾਗੀ ਨੇ ਕਿ ਪੈਸੇ ਕਮਾਉਣ ਤੱਕ ਗੱਲਾਂ ਹੋ ਗਿਆ ਹਨਾ ਜਿਵੇਂ ਆਪਾਂ ਕਹਿੰਦੇ ਨੇ ਗੁਜਰਾਤੀ ਬਿਜ਼ਨਸਮੈਨ ਹੁੰਦੇ ਆ ਕਿ ਉਹਨਾਂ ਦੇ ਬਿਜ਼ਨਸ ਦੇ ਸਸਤੇ ਮਾਡਲ ਅੱਜ ਕੱਲ ਅਗਲਾ ਕਹਿੰਦਾ ਯਾਰ ਕੁਆਲਿਟੀ ਵਧੀਆ ਚਾਹੀਦੀ ਹੈ ਸਾਨੂੰ ਸਸਤੇ ਦਾ ਕੋਈ ਨਹੀਂ ਆਪਾਂ ਨੂੰ ਮਤਲਬ 2 ਰੁਪਏ ਵੱਧ ਲੱਗਦਾ ਬਿਲਕੁਲ ਬਾਈ ਬਿਲਕੁਲ ਤੇ ਆ ਬਾਈ ਜੀ ਜਿੰਨੀਆਂ ਤੁਹਾਡੇ ਕੋਲ ਮਸ਼ੀਨਾਂ ਪਈਆਂ ਨੇ ਜਿੰਨੀਆਂ ਮਸ਼ੀਨਾਂ ਪਈਆਂ ਆਪਣੀਆਂ ਇਹ 1 ਐਚਪੀ ਮਾਡਲ ਸਾਰੇ ਆਪਣੇ ਤਿਆਰ ਕਰੇ ਹੋਏ ਸਾਰੇ ਤੁਹਾਡੇ ਤਿਆਰ ਕਰੇ ਹੋਏ ਆ ਠੀਕ ਆ ਵੀ ਜਦੋਂ ਅਗਲੇ ਦੇ ਘਰੇ ਜਾਣਾ ਉਦੋਂ ਫਿਰ ਇਹਨੂੰ ਐ ਡੱਬੇ 'ਚ ਪੈਕ ਪੂਕ ਕਰਕੇ ਹਾਂ ਹਾਂ ਜਮਾ ਹੋ ਕਰ ਸਕਦੇ ਹਾਂ ਲੈਮੀਨੇਸ਼ਨ ਕਰ ਦਿੰਦੇ ਆ ਹਾਂ ਲੈਮੀਨੇਸ਼ਨ ਕਰ ਦਿੰਦੇ ਗੱਡੀ ਹੈਗੀ ਉਹਦੇ ਵਿੱਚ ਮੈਂ ਇੱਕ ਗੱਲ ਹੋਰ ਵੀ ਕਹਿਣਾ ਆਪਾਂ ਨੇ ਕਿਸੇ ਨੂੰ ਗਿਫਟ ਦੇਣਾ ਆਪਣੀਆਂ ਭੈਣਾਂ ਨੂੰ ਜਾਂ ਆਪਦੇ ਕਿਤੇ ਵੀ ਕੋਈ ਰਿਸ਼ਤੇਦਾਰੀ 'ਚ ਕੋਈ ਉਹ ਕਰਨਾ ਹਨਾ ਵਿਆਹ ਕੁੜੀਆਂ ਨੂੰ ਗਿਫਟ ਦੇਣਾ ਤਾਂ ਮੈਂ ਕਹਿੰਦਾ ਵੀ ਆਹ ਚੀਜ਼ਾਂ ਦਾ ਜ਼ਰੂਰ ਉਹ ਕਰੋ ਵੀ ਜਿੰਨੇ ਕ ਹਫਤੇ ਹਫਤੇ ਦਾ ਆਟਾ ਲੱਗਦਾਗਾ ਚਾਹੇ 3-3 ਦਿਨਾਂ ਦਾ ਬਾਈ ਉਹਨਾਂ ਬੰਦਾ ਘਰੇ ਕੱਢ ਸਕਦਾ ਕੋਈ ਜ਼ਿਆਦਾ ਵੱਡੀ ਬਿਮਾਰੀਆਂ ਤੋਂ ਬਚਾ ਜਾਂਦਾਗਾ ਹੁਣ ਆਪਾਂ ਚੱਕੀ ਤੇ ਭਿਉਣ ਜਾਂਦੇ ਆ ਆਪਾਂ 30-35 ਕਿਲੋ ਤੋਂ ਘੱਟ ਘੱਟਾ ਭਿਆ ਕੇ ਨਹੀਂ ਬਿਲਕੁਲ ਬਾਈ ਤੇ ਆਪਾਂ ਮਹੀਨਾ ਮਹੀਨਾ ਖਾਈ ਜਾਂਦੇ ਇੱਕ ਤਰ੍ਹਾਂ ਦਾ ਜ਼ਹਿਰ ਖਾ ਰਹੇ ਆ ਜ਼ਹਿਰ ਹੀ ਖਾ ਰਹੇ ਆ ਸਹੀ ਗੱਲ ਇਹ ਆਪਾਂ ਤਾਜ਼ਾ ਬਾਜਰੀ ਦਾ ਮੱਕੀ ਦਾ ਜਾਂ ਕੋਈ ਵੀ ਮਲਟੀਗ੍ਰੇ ਆਟਾ ਬਿਲਕੁਲ ਭੈਣ ਭਰਾਵਾਂ ਨੂੰ ਅਲਰਜੀ ਦੀ ਸ਼ਿਕਾਇਤ ਹੋ ਜਾਂਦੀ ਆ ਉਹਦੇ ਵਾਸਤੇ ਬਹੁਤ ਬੈਨੀਫਿਟ ਹੈ ਇਹਦਾ ਜਿਵੇਂ ਅੱਜ ਕੱਲ ਕਹਿ ਜਾਂਦੇ ਆ ਵੀ ਮਲਟੀਗ੍ਰੇਨ ਆਟਾ ਖਾਓ ਹਨਾ ਜਾਂ ਕਹਿ ਜਾਂਦੇ ਆ ਵੀ ਬੇਸਣ ਦੀਆਂ ਰੋਟੀਆਂ ਉਹ ਕਰਕੇ ਉਹ ਕਰੋ ਅੱਜ ਕੱਲ ਬਿਮਾਰੀਆਂ ਵਧੀਆਂ ਪਈਆਂ ਡਾਕਟਰ ਦੱਸ ਦਿੰਦੇ ਆ ਵੀ ਤੂੰ ਆਪਣਾ ਨਹੀਂ ਡਾਕਟਰ ਦੱਸ ਦਿੰਦੇ ਆ ਫਿਰ ਉਹ ਸਮੱਸਿਆ ਭਿਆਉਣ ਦੀ ਆਉਂਦੀ ਆ ਭਿਆਉਣ ਦੀ ਆਉਂਦੀ ਆ ਹਾਂ ਵੱਡੀਆਂ ਚੱਕੀਆਂ 'ਚ ਇੰਨਾ ਮਤਲਬ ਭਿਆ ਨਹੀਂ ਜਾਂਦਾ ਭਿਹਾਈ ਦਾ ਬਹੁਤ ਜ਼ਿਆਦਾ ਪੰਗਾ ਪੈ ਜਾਂਦਾ ਉੱਥੇ ਐ ਨਹੀਂ ਪਤਾ ਵੀ ਕਿਹੋ ਜਿਹਾ ਮਟੀਰੀਅਲ ਆਪਣੇ ਉਸ 'ਚ ਯੂਜ਼ ਹੋ ਗਿਆ ਹਨਾ ਕਣਕ ਰੱਖ ਕੇ ਆਵਾਂਗੇ ਤਾਂ ਬਦਲੀ ਜਾਂਦੀ ਹੈ ਬਿਲਕੁਲ ਬਾਈ 10-15,000 20,000 ਰੁਪਏ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਇੰਨਾ ਕ ਆਪਣੇ ਜਵਾਕ ਹੀ ਖਾ ਜਾਂਦਾ ਜੇ ਆਪਾਂ ਜਵਾਕ ਦਾ ਰੋਜ਼ ਦਾ ਲਾਈਏ ਵੀ ਜਵਾਕ 100-200 ਰੁਪਏ ਖਾ ਜਾਂਦੇ ਹੈਗੇ ਤਾਂ ਥੋੜੇ ਦਿਨਾਂ 'ਚ ਹੀ ਉਹ ਹੋ ਜਾਂਦਾ ਤੇ ਬਈ ਇੱਕ ਕੋਈ ਤੇਲ ਵਾਲਾ ਵੀ ਸਿਸਟਮ ਰੱਖਿਆ ਹੈਗਾ ਹਾਂ ਹਾਂ ਤੇਲ ਵਾਲਾ ਵੀ ਹੈ ਕਿਉਂ ਜਿਵੇਂ ਆਪਾਂ ਕਹਿੰਦੇ ਵੀ ਤੇਲ ਦਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਹ ਤਾਂ ਦਿਖਾਤੀ ਆਪਾਂ ਇਹ ਚੱਕੀ ਆਟਾ ਚੱਕੀ ਬਾਹਰ ਭੇਜਣ ਵਾਲੀ ਹਾਂ ਬਾਹਰ ਭੇਜਣ ਵਾਲੀ ਵਾਸਤੇ ਇਹ ਆ ਗਿਆ ਆਪਣਾ ਗੰਨੇ ਦੇ ਰਸ ਵਾਲੀ
ਅਸਾ ਜੂਸ ਕੱਢਣਾ ਆ ਠੀਕ ਹੈ ਜਿਹੜੇ ਭਰਾਵਾਂ ਨੇ ਬਿਜ਼ਨਸ ਕਰਨਾ ਹੈ ਜਾਂ ਮਤਲਬ ਕਈ ਵਾਰੀ ਸ਼ੌਂਕ ਨੂੰ ਘਰੇ ਵੀ ਅਗਲਾ ਲੈ ਜਾਂਦਾ ਜਿਵੇਂ ਮੈਂ ਇੱਕ ਠੀਕ ਹੈ ਬਾਈ ਦੀ ਵੀਡੀਓ ਬਣਾਈ ਸੀ ਮੈਂ ਦੜਬੇ ਕਿਸੇ ਫੌਜੀ ਵੀਰ ਨੇ ਲਾਈ ਵੀ ਤੀ ਉਹਨੇ ਜਮਾ ਸੇਮ ਚੀਜ਼ ਲਾਈ ਵੀ ਤੀ ਆਪਾਂ ਕਹਿ ਦਈਏ ਬਈ ਵਪਾਰ ਵੀ ਕਰਨਾ ਕਿਸੇ ਨੇ ਗੱਲੇ ਦਾ ਹਨਾ ਜੂਸ ਵਗੈਰਾ ਕੱਢ ਕੇ ਉਹ ਕਰਨਾ ਵਧੀਆ ਬੰਦਾ ਦਿਹਾੜੀ ਪਾ ਸਕਦਾ ਤਾਂ ਨਵੇਂ ਮੁੰਡਿਆਂ ਵਾਸਤੇ ਇਹ ਬਹੁਤ ਚੀਜ਼ ਫਾਇਦੇਮੰਦ ਆ ਜਿਹੜੇ ਮਿਹਨਤੀ ਨੇ ਇਨਵਰਟਰ ਤੇ ਵੀ ਚੱਲਦੀ ਹੈ ਠੀਕ ਹੈ ਹਾਂ ਇਨਵਰਟਰ ਤੇ ਵੀ ਹਾਂ ਇਹ ਦੇਖੀਏ ਇੱਕ ਐਚ ਪੀ ਦੀ ਇਹ ਅੱਧੇ ਦੀ ਹੈ ਜੀ ਅੱਧੇ ਐਚ ਪੀ ਦੀ ਹੈ ਅੱਧੇ ਤੋਂ ਘੱਟ ਤਾਂ ਫਿਰ ਚੱਲਦੀ ਨਾ ਜ਼ਿਆਦੇ ਠੀਕ ਹੈ ਠੀਕ ਹੈ ਠੀਕ ਹੈ ਇਹ ਇਹਦੀ ਕੀਮਤ ਹੈ 28000 ਰੁਪਇਆ ਠੀਕ ਹੈ ਬਾਈ ਹਾਂ ਇਹ ਆ ਗਿਆ ਆਪਣਾ ਕੋਲੂ ਇਹ ਕੋਲੂ ਆ ਗਿਆ ਠੀਕ ਹੈ ਇਹ ਕੋਲੂ ਹੈ ਇਹਦੇ ਨਾਲ ਬਦਾਮ ਦਾ ਨਾਰੀਅਲ ਦਾ ਹਰ ਇੱਕ ਇਹ ਆਪਾਂ ਤਿਆਰ ਨਹੀਂ ਕਰਦੇ ਆ ਵੀ ਨਹੀਂ ਆਪਾਂ ਤਿਆਰ ਕਰਿਆ ਆ ਵੀ ਨਹੀਂ ਕਰਿਆ ਆ ਵੀ ਨਹੀਂ ਕਰਿਆ ਇਹ ਦੋਨੋਂ ਗੁਜਰਾਤ ਮਾਡਲ ਹੈ ਇਹ ਦੋਨੋਂ ਗੁਜਰਾਤ ਮਾਡਲ ਠੀਕ ਹੈ ਇਹ ਹੈ ਇਹਦਾ 16500 ਰੁਪਇਆ ਕੀਮਤ ਹੈ ਵੈਸੇ ਕੰਪਨੀ ਤਾਂ ਇਹਨੂੰ 18500 ਦਾ ਵੇਚਦੀ ਆਪਣੇ ਕੋਲ ਡੀਲਰਸ਼ਿਪ ਆਪਾਂ 16500 ਦਾ ਠੀਕ ਹੈ ਤੇ 500 ਡਿਸਕਾਊਂਟ ਕਰਨਾ ਆਪਾਂ 16000 ਰੁਪਏ ਦਾ ਆਪਾਂ ਕੁੱਲ 16000 ਦਾ ਵੀ ਉੱਪਰ ਦੀ ਇਹਦੇ ਜੋ ਵੀ ਚੀਜ਼ ਪਾਉਣੀ ਹੈ ਜਿਵੇਂ ਬਦਾਮ ਪਾ ਦਿਓ ਚਾਹੇ ਕੋਈ ਵੀ ਨਾਰੀਅਲ ਵਗੈਰਾ ਹਨਾ ਜਾਂ ਮੂੰਗਫਲੀ ਵਗੈਰਾ ਕਾਸੇ ਦਾ ਵੀ ਆਪਾਂ ਤੇਲ ਬਣਾਉਣਾ ਤਾਂ ਆਪਾਂ ਥੋੜਾ ਜਿਹਾ ਆਪਦੇ ਵਾਸਤੇ ਆਪਦੇ ਘਰੇ ਕੱਢ ਸਕਦੇ ਹਾਂ ਤੇ ਨਾ ਜਿਹੜੀ ਉਹਦੀ ਬਦਾਮਾਂ ਦੀ ਖਾਲ ਵਗੈਰਾ ਹੁੰਦੀ ਹੈਗੀ ਉਹਨੂੰ ਆਪਾਂ ਕੰਮ ਚ ਲੈ ਸਕਦੇ ਹਾਂਗੇ ਤੇਲ ਦੀ ਇੰਨੀ ਵਧੀਆ ਕੁਆਲਿਟੀ ਹੈ ਨਾ ਇਹਦੀ ਠੀਕ ਹੈ ਬਹੁਤ ਵਧੀਆ ਕੁਆਲਿਟੀ ਬਿਲਕੁਲ ਜੀ ਘਰੇ ਆਪਦੀਆਂ ਅੱਖਾਂ ਸਾਹਮਣੇ ਚੀਜ਼ ਕੱਢੀ ਹੋਈ ਤਾਂ ਕੁਆਲਿਟੀ ਵੱਖਰੀ ਹੀ ਵੱਖਰੀ ਹੈ ਜੀ ਬਿਲਕੁਲ ਜੀ ਤੇ ਇਹ ਵੀ ਫਿਰ ਸਾਰਾ ਸਮਾਨ ਕੋਰੀਅਰ ਕਰਵਾ ਦਿੰਦੇ ਹੋ ਬੰਦੇ ਨੇ ਕਿਸੇ ਨੇ ਉਹ ਕਰਨਾ ਹੋਵੇ ਹਨਾ ਹਾਂ ਫੌਰਨ ਤਾਂ ਆਪਾਂ ਚੱਕੀਆਂ ਭੇਜੀਆਂ ਹੀ ਆ ਇਹ ਆ ਮੰਨ ਲਓ ਜਿਵੇਂ ਆਪਣੀ ਲੋਕਲ ਆ ਆਪਾਂ ਕਹੀ ਆ ਭੇਜਿਆ ਠੀਕ ਹੈ ਜੀ ਇਹ ਨਹੀਂ ਭੇਜਿਆਗਾ ਠੀਕ ਹੈ ਜੀ ਹਾਂ ਕਿਉਂ ਵਜਨ ਬਹੁਤ ਜ਼ਿਆਦਾ ਹੈ 70 ਕਿਲੋ ਦੇ ਕਰੀਬ ਵਜਨਾ ਖਰਚਾ ਬਹੁਤ ਆ ਜਾਂਦਾ ਅੱਛਾ ਜੀ ਇਹਦਾ 12 ਕਿਲੋ weight ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਹੋਰ ਬਾਈ ਜੀ ਕੋਈ ਜਿਹੜਾ ਇਹਦਾ weight ਹੈ ਇਹਦਾ ਬਾਹਰ ਭੇਜਣਾ ਹੈ ਇਹਦਾ ਆਪਾਂ ਪਊਗਾ 15 ਤੋਂ 20 ਦੇ ਵਿੱਚ ਪਊਗਾ ਜਾਲੀ ਜੁਲੀ ਲਾ ਕੇ 18 ਕਿਲੋ ਦੇ ਕਰੀਬ ਇਹਦਾ weight ਹੈ ਠੀਕ ਹੈ ਮਤਲਬ 18 20 ਕਿਲੋ ਦਾ weight ਪੈ ਜਾਊਗਾ ਠੀਕ ਹੈ ਜੀ ਬਿਲਕੁਲ ਤੇ ਹੋਰ ਬਾਈ ਜੀ ਕੋਈ ਇਹਨਾਂ ਦੀ ਖਾਸੀਅਤ ਕੋਈ ਆਪਾਂ ਹੋਰ ਗੱਲ ਦੱਸਣੀ ਚਾਹੁੰਦੇ ਹੋਈਏ ਕਿਉਂ ਮੈਂ ਤੁਹਾਨੂੰ ਪਤਾ ਵੀ ਮੈਂ ਤਾਂ ਇਹ ਮਸ਼ੀਨ ਲਿਆ ਕੇ ਆਪਣੇ ਫਾਰਮ ਹਾਊਸ ਤੇ ਰੱਖਣੀ ਆ ਤੇ ਉੱਥੇ ਵੀ ਸਾਰੇ ਭਰਾਵਾਂ ਨੂੰ ਦਿਖਾਵਾਂਗੇ ਫਾਰਮ ਹਾਊਸ ਤੇ ਰੱਖੋ ਕਿਉਂ ਤੁਹਾਡੇ ਕੋਲੇ ਤਾਂ ਬਾਹਰੋਂ ਅੰਦਰੋਂ ਆਉਂਦੇ ਰਹਿੰਦੇ ਬਿਲਕੁਲ ਜੀ ਬਿਲਕੁਲ ਜੀ ਜਦੋਂ ਦੇਖਣਗੇ ਤੁਹਾਨੂੰ ਆਪ ਹੀ ਹੈ ਕਹਿਣਗੇ ਪਹਿਲੀ ਗੱਲ ਤਾਂ ਅਗਲੇ ਨੂੰ ਆਹੀ ਨਹੀਂ ਪਤਾ ਲੱਗਦਾ ਫ੍ਰਿਜ ਹੈ ਜਾਂ ਮਤਲਬ ਚੱਕੀ ਹੈਗਾ ਦੇਖਣ ਚ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਸੋਹਣੇ ਲੱਗਦੇ ਆ ਫਿਰ ਉਹ ਦੱਸਣ ਤੋਂ ਪਤਾ ਲੱਗਦਾ ਹੈਗਾ ਬਿਲਕੁਲ ਬਾਈ ਬਿਲਕੁਲ ਕਿਉਂ ਹੌਲੀ ਹੌਲੀ ਹੁਣ ਤਾਂ ਘਰ ਘਰਾਂ ਚ ਹੋ ਹੀ ਜਾਂਦੀਆਂ ਗਈਆਂ ਤਕਰੀਬਨ ਸਾਡੇ ਤਾਂ ਇੱਥੇ ਘਰ ਘਰ ਹੀ ਹੋ ਰਹੀਆਂ ਠੀਕ ਹੈ ਜੀ ਹਾਂ 80-90% ਹੋ ਰਹੀਆਂ ਠੀਕ ਹੈ ਆਪਣੇ ਵੀ ਆ ਲਿਆਉਣ ਤੋਂ ਬਾਅਦ ਤੁਸੀਂ ਦੇਖਿਓ ਜੀ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੇ ਬੰਦੇ ਆਪਾਂ ਨੂੰ ਦੇਖਦੇ ਆਗੇ ਹਨਾ ਤੇ ਉਹਨਾਂ ਨੇ ਵੀ ਸਾਰਿਆਂ ਨੇ ਪਹਿਲੀ ਪਸੰਦ ਦੇ ਤੌਰ ਤੇ ਉਹ ਕਰਦੀਆਂ ਵੱਡੀ ਗੱਲ ਆ ਬਾਈ ਵੀ ਆਪ ਬਣਾਈ ਵੀ ਆ ਆਪ ਇਹਦੀਆਂ ਸਾਰੀਆਂ ਜਿੰਨੀਆਂ ਖੂਬੀਆਂ ਦੀ ਲੋਕਾਂ ਨੇ ਆ ਕੇ ਦੱਸੀਆਂ ਤਾਂ ਉਹ ਕੱਢ ਕੇ ਫੇਰ ਜਮਾ ਉਹ ਕਰੀਆ ਬਾਈ ਜੇ ਆਪਾਂ ਗੱਲ ਕਰੀਏ ਵੀ ਇਹਦੇ ਨਾਲ ਸਮਾਨ ਕੀ ਦਿੰਦੇ ਹੋਗੇ ਇਹਦੇ ਨਾਲ ਸਮਾਨ ਆ ਬਾਈ 8 ਤਾਂ ਜਾਲੀਆਂ 8 ਜਾਲੀਆਂ ਠੀਕ ਹੈ ਚੱਕੀ ਨਾਲ 8 ਜਾਲੀਆਂ ਠੀਕ ਹੈ ਜਿਹੜੀਆਂ ਵਿੱਚ ਪਈਆਂ ਨੇ ਆਪਾਂ ਪਹਿਲਾਂ 1 ਐਚਪੀ ਨਾਲ 7 ਜਾਲੀਆਂ ਅਸੀਂ 1 ਐਚਪੀ ਨਾਲ 7 ਹਾਂਜੀ ਹਾਂਜੀ 2 ਐਚਪੀ ਨਾਲ 8 ਜਾਲੀਆਂ 2 ਐਚਪੀ ਨਾਲ 8 ਜਾਲੀਆਂ ਠੀਕ ਹੈ ਹਾਂਜੀ ਤੇ ਹੋਰ ਇਹਨੂੰ ਕੋਈ ਸਾਫ ਸਫਾਈ ਇੱਕ ਬ੍ਰਸ਼ ਹੁੰਦਾ ਹੈਗਾ ਆਪਣੇ ਕੋਲੇ ਮੜਾ ਦਿਖਾ ਦਈਏ ਆਪਣੇ ਵੀਰਾਂ ਨੂੰ ਵੀ ਉਹਨਾਂ ਦੀ ਨਿਗਾ ਠੀਕ ਹੈ ਜੀ ਆ ਬ੍ਰਸ਼ ਆ ਗਿਆ ਠੀਕ ਹੈ ਆ ਗਿਆ ਤੇ ਆ ਜਾਲੀਆਂ ਵਧੀਆ ਕੁਆਲਿਟੀ ਦੀਆਂ ਜਾਲੀਆਂ ਠੀਕ ਹੈ ਜੀ ਹਾਂ 1 ਸਾਲ ਦੀ ਗਰੰਟੀ ਹੈ ਇਹਨਾਂ ਨੂੰ ਅੱਛਾ ਜੀ ਜਾਲੀਆਂ ਜੇ ਮੋਟਰ ਨੂੰ ਕੁਝ ਹੋ ਗਿਆ ਮੱਚ ਗਈ ਤਾਂ ਆਪਾਂ ਘਰੇ ਜਾ ਕੇ ਬਦਲ ਕੇ ਆਵਾਂ 1 ਸਾਲ ਦੇ ਵਿੱਚ ਵਿੱਚ ਨਹੀਂ ਬਾਅਦ ਚ ਵੀ ਮਤਲਬ ਕੋ ਅਗਲੇ ਦਾ ਹੱਲ ਹੋ ਜੂ ਆਏ ਨਹੀਂ ਹੈ ਵੀ ਆਪਾਂ ਕਿਹੜਾ ਮਤਲਬ ਚੱਕੀ ਦੇਤੀ ਮੁੜ ਕੇ ਕੋਈ ਹੱਲ ਨਹੀਂ ਹੈ ਸਾਲ ਦੀ ਤਾਂ ਇਹਦੀ ਗਰੰਟੀ ਹੈ ਮੋਟਰ ਦੀ ਠੀਕ ਹੈ ਜੀ ਹਾਂਜੀ ਵੀ ਉਦੋਂ ਬਾਅਦ ਵੀ ਬਾਈ ਹੋਈ ਕਹਿੰਦੇ ਜੇ ਕੋਈ ਦਿੱਕਤ ਆਉਂਦੀ ਆ ਤਾਂ ਜ਼ਿੰਮੇਵਾਰੀ ਦੇਖੋ ਭਰਾਵੋ ਕਿੰਨੀ ਹੈ ਕਹਿੰਦੇ ਕਰੇ ਚਾਹੇ ਕਿੰਨੀ ਵਾਟ ਹੈ ਜੇ 250 ਕਿਲੋਮੀਟਰ ਹੈ ਹਾਂਜੀ ਤੇ ਆਪਾਂ ਠੀਕ ਕਰਕੇ ਵੀ ਆਏ ਆਂਗੇ ਠੀਕ ਹੈ ਜੇ ਕਿਸੇ ਦੇ ਕੋਈ ਦਿੱਕਤ ਪੈਂਦੀ ਹੈ ਨਾ ਚੱਕੀ ਦੀ ਆਪਾਂ ਠੀਕ ਵੀ ਕਰਕੇ ਆਏ ਆਂਗੇ ਤੇ ਇਸ ਕਰਕੇ ਮੈਨੂੰ ਰਿਸਪੌਂਸ ਬਹੁਤ ਮਿਲਦਾ ਹੈ ਹਾਂ ਮੈਂ ਇਹੀ ਗੱਲ ਪੁੱਛਣੀ ਚਾਹੁੰਦਾ ਸੀ ਵੀ ਬੰਦਾ ਚੀਜ਼ ਤਾਂ ਲੈ ਜਾਂਦਾ ਵੀ ਜਿਹੜੀ ਮੰਗਰੋਂ ਸਰਵਿਸ ਜਿਵੇਂ ਕੰਬਾਈਨਾਂ ਵਾਲਿਆਂ ਦੇ ਅਗਲਾ ਕਹਿ ਜਾਂਦਾ ਯਾਰ ਵੀ ਵਿੱਚ ਕੰਬਾਈਨਾਂ ਦੀ ਸਰਵਿਸ ਬਹੁਤ ਵਧੀਆ ਬਈ ਆਇਆ ਨਾ ਸਾਡੇ ਸਰਕਲ ਬਣੇ ਹੋਏ ਆ ਹਾਂਜੀ ਜਿਵੇਂ ਹੁਣ ਇੱਧਰ ਦਾ ਰੂਟ ਹੈ ਫਿਰੋਜ਼ਪੁਰ ਦਾ ਹਾਂਜੀ ਇੱਧਰ ਹਬੋਰ ਦਾ ਜਿਵੇਂ ਹੁਣ ਅੰਮ੍ਰਿਤਸਰ ਆ ਜੇ ਕੋਈ ਕੰਪਲੇਨ ਹੁੰਦੀ ਆ ਅਸੀਂ ਲਿਖ ਲੈਣੇ ਆ ਹਫਤੇ ਦੇ ਅੰਦਰ ਅੰਦਰ ਹੁੰਦਾ ਹੈ ਤਾਂ ਉਧਰ ਚੱਕੀਆਂ ਛੱਡੇ ਆਉਣੇ ਆਗੇ ਤੇ ਨਾਲੇ ਆਪਾਂ ਨਾ ਕੰਪਲੇਨ ਸੈੱਟ ਕਰੇ ਹੋਣੇ ਬਿਲਕੁਲ ਇੱਧਰ ਚੰਡੀਗੜ੍ਹ ਤੱਕ ਮਾਲ ਜਾਂਦਾ ਆਪਣਾ ਠੀਕ ਹੈ ਜੀ ਪੰਜਾਬ 'ਚ ਹਰ ਕੋਨੇ ਤੇ ਮਾਲ ਜਾਂਦਾ ਇਸੇ ਕਰਕੇ ਮੈਂ ਜੀ ਜਿੰਨੇ ਬੰਦਿਆਂ ਤੋਂ ਮੈਂ ਨਾ ਰਾਇ ਲੈਤੀ ਸਾਡਿਆਂ ਤੋਂ ਮੈਨੂੰ ਕਹਿੰਦੇ ਵੀ ਯਾਰ ਭਾਰਤ ਆਟਾ ਚੱਕੀ ਵਾਲਿਆਂ ਕੋਲੇ ਜਾ ਕਾਲਿਆਂ ਵਾਲੀ ਵੀ ਉਹਨਾਂ ਕੋਲੇ ਜਿਹੜੀ ਚੀਜ਼ ਆ ਬਹੁਤ ਵਧੀਆ ਆਪਣੇ ਕੋਲੇ ਬਾਈ ਜੀ ਕਈ ਵਾਰੀ ਨਾ ਕੀ ਹੁੰਦਾ ਆਪਾਂ ਤਾਂ ਚੱਕੀ ਜਿਹਨੇ ਨਹੀਂ ਲੈਤੀ ਹੁੰਦੀ ਹਾਂਜੀ ਗੁਜਰਾਤ ਵਾਲੀਆਂ ਲੈ ਰੱਖੀਆਂ ਤੋਂ ਹੋਰ ਕੋਈ ਗੱਲ ਨਹੀਂ ਸੁਣਦਾ ਆਪਣਾ ਸਪੈਸ਼ਲ ਚੱਕੀਆਂ ਦਾ ਕੰਮ ਹੈ ਠੀਕ ਹੈ ਜੀ ਤੇ ਆਪਾਂ ਅਗਲੇ ਦੀ ਗੱਲ ਜ਼ਰੂਰ ਸੁਣਦੇ ਆਗੇ ਜੀ ਬਿਲਕੁਲ ਜੀ ਬਿਲਕੁਲ ਤੇ ਆਪਣਾ ਕੰਮ ਇਸੇ ਕਰਕੇ ਵਧੀਆ ਚੱਲਦਾ ਹੈ ਹੋਰ ਕਹਿੰਦੇ ਬਾਈ ਯਾਰ ਗੁਜਰਾਤ ਉੱਥੋਂ ਤਾਂ ਲੈਤੀ ਨਹੀਂ ਕਿ ਮੈਂ ਕਿਹਾ ਫੇਰ ਕੀ ਹੋ ਗਿਆ ਸਾਥੋਂ ਨਹੀਂ ਲੈਤੀ ਤਾਂ ਉਹਨਾਂ ਨੂੰ ਆਪਾਂ ਪਾਰਟਸ ਵੀ ਭੇਜ ਦੇਣਾ ਸਮਾਨ ਵੀ
ਇਹ ਕਿੱਥੇ ਜੇ ਪੈ ਜਾਂਦੀ ਹੈ ਲੋਕੇਸ਼ਨ ਆਪਣੀ ਮੰਡੀ ਕਾਲਾਂ ਵਾਲੀ ਹੈ ਮੰਡੀ ਕਾਲਿਆਂ ਦੀ ਜ਼ਿਲ੍ਹਾ ਸਿਰਸਾ ਹਰਿਆਣਾ ਵੈਸੇ ਇਹ ਬਾਰਡਰ ਤੇ ਆ ਪੰਜਾਬ ਦੇ ਤੇ ਜਿਹੜਾ ਦਮਦਮਾ ਸਾਹਿਬ ਤਲਵੰਡੀ ਸਾਹਿਬ ਬੋਕੀ ਤੋਂ 25 ਕਿਲੋਮੀਟਰ ਆਪਣਾ ਕਾਲ ਹੈ ਠੀਕ ਹੈ ਜੀ ਹਾਂ ਇਹ ਹੈ ਦੇਸੂ ਰੋਡ ਜਨਤਾ ਹਸਪੀਟਲ ਦੇ ਕੋਲੇ ਠੀਕ ਹੈ ਜੀ ਇੱਥੇ ਆਪਣੇ ਉਹ ਜਮਾਂ ਸਾਹਿਬ ਤੱਕ ਬਾਬਾ ਸੀਰ ਹੈ ਅੱਛਾ ਜੀ ਇੱਧਰ ਜਨਤਾ ਹਸਪੀਟਲ ਹੈ ਠੀਕ ਹੈ ਜੀ ਮੰਨ ਲਓ ਵੀ ਆਪਾਂ ਕਹਿ ਦਈਏ ਭਰਾਵੋ ਇਧਰਲੇ ਪਾਸੇ ਸਾਹਮਣੇ ਹਸਪਤਾਲ ਆ ਗਿਆ ਰੋਤਕ ਬਾਬਾ ਸੀਰ ਠੀਕ ਇਹ ਚੌਂਕ ਕਿਹੜਾ ਆ ਟੀ ਪੁਆਇੰਟ ਕਿਹੜਾ ਵੱਜਦਾ ਜੀ ਇਹ ਜਨਤਾ ਹਸਪੀਟਲ ਆ अच्छा इधर जनता हॉस्पिटल ਆ ਗਿਆ ਠੀਕ ਹੈ ਜੀ ਦੇਸੂ ਰੋਡ ਹੀ ਵੱਜਦਾ ਇਹ ਅੱਛਾ ਦੇਸੂ ਰੋਡ ਹੀ ਵੱਜਦਾ ਠੀਕ ਹੈ ਜੀ ਜਦੋਂ ਆਪਾਂ ਤਲਵੰਡੀ ਸਾਬੋ ਵਾਲੇ ਰੋਡ ਤੋਂ ਆ ਕੇ ਇੱਥੇ ਐਂਟਰੀ ਕਰਦੇ ਆਂਗੇ ਕਾਲਿਆਂ ਵਾਲੀ ਮੰਡੀ ਦੇ ਵਿੱਚ ਬਾਕੀ ਲੋਕੇਸ਼ਨ ਸਰਚ ਮਾਰਾਂਗੇ ਨਾ ਆਪਾਂ ਭਾਰਤ ਆਟਾ ਚੱਕੀ ਆਜੂ ਕਾਲਾਂ ਵਾਲੀ ਅੱਛਾ ਭਾਰਤ ਆਟਾ ਚੱਕੀ ਪਰੇ ਤੋਂ ਆ ਜਾਂਦੇ ਠੀਕ ਹੈ ਜੀ ਤੇ ਬਾਈ ਜੀ ਮੋਬਾਈਲ ਨੰਬਰ ਆਪਣੇ ਕਿਹੜੇ ਕਿਹੜੇ ਨੇਗੇ ਜਿਹੜੇ ਆਪਾਂ ਕਹਿ ਦਈਏ ਵੀ ਮੋਬਾਈਲ ਨੰਬਰ ਮੋਬਾਈਲ ਆਪਣਾ ਹੈਗਾ ਜਿਹੜਾ ਮੇਰੇ ਕੋਲੇ ਹੁੰਦਾਗਾ ਹਾਂਜੀ 9357740067 ਬਾਕੀ ਦੀ ਸਕਰੀਨ ਤੇ ਇਹ ਲਾ ਦੇ ਬਿਲਕੁਲ ਜੀ ਬਿਲਕੁਲ ਸਕਰੀਨ ਤੇ ਪਾ ਦਾਂਗੇ ਬਾਈ ਜੀ ਨੰਬਰ ਹਨਾ ਤੇ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਕੋਈ ਗੱਲਬਾਤ ਹੋਈ ਤੁਸੀਂ ਕੋਈ ਆਪਦੀ ਇਨਕੁਆਇਰੀ ਕਰਨੀ ਹੋਈ ਕੋਈ ਗੱਲਬਾਤ ਪੁੱਛਣੀ ਹੈ ਤਾਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜਾਂ ਬਾਈ ਜੀ ਨੂੰ ਦਿੱਤੇ ਹੋਏ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਵੀ ਕਰ ਸਕਦੇ ਹੋ ਮੇਰੇ ਕੋਲੇ ਮੇਰੀਆਂ ਬਹੁਤ ਮਤਲਬ ਯੂਟਿਊਬਰਾਂ ਨੇ ਵੀਡੀਓ ਪਾਈਆਂ ਕਿਸੇ ਨੂੰ ਆਪਾਂ ਲਾਂਭਾ ਨਹੀਂ ਆਉਣ ਦਿੱਤਾ ਜੀ ਜਾਂ ਕਿਸੇ ਦੇ ਪੈਸੇ ਲੈ ਕੇ ਜਾਂ ਕਿਸੇ ਨੂੰ ਚੱਕੀ ਨਾ ਭੇਜੀ ਹੋਵੇ ਜਾਂ ਕਿਸੇ ਗੱਲ ਨਾ ਸੁਣੀ ਹੋਵੇ ਇਸ ਤਰ੍ਹਾਂ ਸੋਨੂੰ ਵੀ ਕੋਈ ਲਾਂਭਾ ਨਹੀਂ ਆਉਂਦਾ ਨਹੀਂ ਨਹੀਂ ਬਿਲਕੁਲ ਬਾਈ ਜੀ ਬਿਲਕੁਲ ਜੀ ਪੁਰਾਣੇ ਬੰਦੇ ਨੇ ਹਨਾ ਆਪਦੀ ਚੀਜ਼ ਤਿਆਰ ਕਰਕੇ ਉਹ ਕਰਦੇ ਆ ਲਾਂਭੇ ਵਾਲੇ ਤੇ ਆਪਾਂ ਆਸ ਕਰਦੇ ਆ ਵੀ ਕੋਈ ਗੁੰਜਾਇਸ਼ ਹੀ ਨਹੀਂ ਹੋਣੀ ਬਿਲਕੁਲ ਤੇ ਇੱਕ ਜਿਹੜਾ ਵੀ ਵੀਰ ਆਪਣੀ ਵੀਡੀਓ ਦਾ ਕੇ ਰੈਫਰੈਂਸ ਦੇਊਗਾ ਤਾਂ ਉਹਨੂੰ ਹਰੇਕ ਚੱਕੀ ਦੇ ਮੰਗਰ 500 ਰੁਪਏ ਡਿਸਕਾਊਂਟ ਆ ਤੇ ਠੀਕ ਆ ਭਰਾਵੋ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ